ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾਕਿਆ ਧੁੱਪੈ ਸੋਮੀ, ਮਾਨਸ ਕੀ ਗਤਹੀ। ਜਿਉ ਬੁਲਾਵੇ ਤਿਉ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨਕਾਰ ਨੇ ਇਸ ਕੁਦਰਤ ਦੇ ਸਿਲਸਿਲੇ ਨੂੰ ਸਿਰਜ ਕੇ ਇਹਦੇ ਪਿੱਛੇ ਇੱਕ ਮੌਤ ਰੂਪੀ ਸਦੀਵੀ ਅਟਲ ਨਿਯਮ ਬਣਾ ਦਿੱਤਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਜਾਂ ਗੁਰਬਾਣੀ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਇੱਥੇ ਕਿਸੇ ਨੇ ਸਦੀਵ ਨਹੀਂ ਰਹਿਣਾ, ਸਭ ਨਾ ਮਰਨਾ ਆਇਆ ਵਿਛੋੜਾ ਸਭ ਨਾ। ਜਾਂ ਅੰਮ੍ਰਿਤ ਬਚਨ ਪੜ੍ਹਦੇ ਹੋ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੇ ਖਰਨਾ। ਪਰ ਮਨੁੱਖ ਦਾ ਇੱਕ ਸੁਭਾਅ ਹੈ, ਮੌਤ ਦੇ ਨਾਲ ਨਾਲ ਇਹ ਕਈ ਵਾਰੀ ਉਹਨਾਂ ਕਾਰਨਾਂ ਨੂੰ ਵੀ ਰੋਣ ਲੱਗ ਪੈਂਦਾ ਜਿਹੜੇ ਕਾਰਨ ਮੌਤ ਦਾ ਕਾਰਨ ਬਣ ਜਾਂਦੇ ਨੇ। ਕੋਈ ਸੱਟ ਵੱਜ ਜਾਏ ਬੰਦਾ ਪਛਤਾਉਂਦਾ, ਮੈਂ ਇਹ ਕੰਮ ਹੀ ਕਿਉਂ ਕੀਤਾ ਸੀ। ਰਾਹੇ ਵਾਟੇ ਐਕਸੀਡੈਂਟ ਹੋ ਜਾਂਦੇ ਨੇ, ਮਨੁੱਖ ਬੜੀ ਵਾਰੀ ਪਛਤਾਉਂਦਾ, ਵੇਖਿਆ ਮੈਂ ਇਧਰਲੇ ਰਸਤੇ ਚਲਾ ਹੀ ਕਿਉਂ ਗਿਆ ਸੀ। ਕਈ ਐਸੇ ਕਾਰਨ ਨੇ ਜਦੋਂ ਬੰਦੇ ਨੂੰ ਇਹਦੇ ਨਾਲ ਨਾਲ ਪਛਤਾਉਂਦਿਆਂ ਵੇਖੀਦਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਕੋਈ ਤੁਰ ਜਾਂਦਾ ਤੇ ਲੋਕ ਉਹਨਾਂ ਕਾਰਨਾਂ ਨੂੰ ਵੀ ਝੂਰਦੇ ਵੇਖੀ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਇਹ ਇਤਿਹਾਸਕ ਲੜੀ ਵਿੱਚੋਂ ਆਪਾਂ ਗਾਥਾ ਉਹਨਾਂ ਦੇ ਦੁੱਖਾਂ ਭਰੀ ਜੀਵਨ ਦੀ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਮੌਤ ਆਈ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲੈ ਗਈ, ਪਰ ਜਿਹੜੇ ਉਹਨਾਂ ਦੇ ਮਗਰੋਂ ਇਸ ਪਰਿਵਾਰ ਦੇ ਜੱਗ ਦੇ ਚਿਰਾਗ ਬੁਝੇ, ਉਸ ਵਕਤ ਦੀ ਹਨੇਰੀ ਨੇ ਜਿਹੜੇ ਇਸ ਘਰ ਦੇ ਚਿਰਾਗ ਬੁਝਾਏ, ਤੇ ਉਹ ਜਿਨ੍ਹਾਂ ਕਾਰਨਾਂ ਕਰਕੇ ਹਨੇਰੀ ਆਈ ਉਹਨਾਂ ਕਾਰਨਾਂ ਵੱਲ ਪੜ੍ਹਦਿਆਂ ਵੀ ਕਈ ਵਾਰੀ ਮਨ ਜਿਹੜਾ ਉਹ ਰੋਸ ਨਾਲ ਭਰ ਜਾਂਦਾ ਹੈ। ਜਿੱਥੇ ਇਹਨਾਂ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ ਹੈ, ਉੱਤੇ ਵਕਤ ਦੀ ਹਨੇਰੀ ਦੇ ਨਾਲ ਕੁਝ ਐਸਾ ਰੋਸ ਵੀ ਆ ਜਾਂਦਾ ਮਨ ਵਿੱਚ, ਅਸੀਂ ਕਿਉਂ ਨਾ ਪਹਿਚਾਣ ਸਕੇ। ਆਪਣਿਆਂ ਦੇ ਹੀ ਰੂਪ ਵਿੱਚ ਬਗਾਨਿਆਂ ਨੇ ਧੋਖੇਬਾਜ਼ੀ ਅਤੇ ਗਦਾਰੀ ਕਰ ਕਰਕੇ ਐਸੀ ਹਨੇਰੀ ਚੁਲਾਈ ਜਿਸ ਵਿੱਚ ਖੜਕ ਸਿੰਘ, ਕੰਵਰ ਨੌ ਨਿਹਾਲ ਸਿੰਘ, ਰਾਣੀ ਚੰਦ ਕੌਰ, ਨਾਨਕੀ ਸ਼ੇਰ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਇਤਨੇ ਇਸ ਘਰ ਦੇ ਪਰਿਵਾਰ ਵਿੱਚੋਂ ਲੋਕ ਚਲੇ ਗਏ। ਹਾਂ, ਕੁਝ ਬਾਕੀ ਨਜ਼ਰ ਆਉਂਦਾ ਸੀ ਤਾਂ ਦੋ ਉਮੀਦ ਦੇ ਚਿਰਾਗ ਨਜ਼ਰ ਆਉਂਦੇ ਸਨ। ਉਹਨਾਂ ਵਿੱਚੋਂ ਇੱਕ ਸੀ ਮਹਾਰਾਣੀ ਜਿੰਦਾ ਔਰ ਦੂਜਾ ਮਹਾਰਾਜਾ ਦਲੀਪ ਸਿੰਘ। ਇਹਨਾਂ ਵਿੱਚੋਂ ਆਪਾਂ ਮਹਾਰਾਣੀ ਜਿੰਦਾ ਦੀ ਪਹਿਲਾਂ ਗੱਲ ਕਰਨੇ ਆ। ਦੇਖਣ ਨੂੰ ਉਮਰ ਕੇਵਲ 46 ਕੁ ਸਾਲਾਂ ਦੀ ਹੈ। 1817 ਵਿੱਚ ਜਨਮ ਹੁੰਦਾ ਹੈ, 1863 ਵਿੱਚ ਜ਼ਿੰਦਗੀ ਦੇ ਆਖਰੀ ਸਵਾਸ ਨੇ। ਪਰ ਇਤਨੀ ਛੋਟੀ ਉਮਰ ਦੇ ਵਿੱਚ ਆਪਣੀ ਉਮਰ ਤੋਂ ਵਧੀਕ ਭਾਰੀ ਪੰਡ ਆਪਣੇ ਦੁੱਖਾਂ ਦੀ ਚੁੱਕੀ ਹੋਈ ਨਜ਼ਰ ਆਏਗੀ। ਗੁਜਰਾਂ ਵਾਲੇ ਦੇ ਵਿੱਚ ਇੱਕ ਪਿੰਡ ਦਾ ਨਾਂ ਹੈ ਚਾੜ। ਇਸ ਇਲਾਕੇ ਦੇ ਵਿੱਚ ਇੱਕ
ਸਾਦਗੀ ਦੀ ਜ਼ਿੰਦਗੀ ਜਿਉਣ ਵਾਲਾ ਸਰਦਾਰ ਮੰਨਾ ਸਿੰਘ ਔਲਖ ਹੈ। ਇਹਦੇ ਘਰ ਵਿੱਚ ਇੱਕ ਬੱਚੀ ਦਾ ਜਨਮ ਹੋਇਆ। ਮਾਪਿਆਂ ਨੇ ਉਸ ਦਾ ਨਾਂ ਬੜੇ ਪਿਆਰ ਨਾਲ ਜਿੰਦ ਕੌਰ ਰੱਖਿਆ। ਸਮੇਂ ਨੇ ਉਹਨੂੰ ਮਹਾਰਾਣੀ ਜਿੰਦਾਂ ਦੇ ਨਾਲ ਪ੍ਰਗਟ ਕਰ ਦਿੱਤਾ। ਜਵਾਨ ਹੋਈ ਤੇ ਆਖਿਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ਾਦੀ ਹੋਈ। ਨਿਰੰਕਾਰ ਨੇ ਕਿਰਪਾ ਕਰ ਦਿੱਤੀ। ਜਿਵੇਂ ਇੱਕ ਮਾਂ ਦੀ ਦੂਜੀ ਤਮੰਨਾ ਇਹ ਹੁੰਦੀ ਮੇਰੀ ਗੋਦ ਮੇਰੀ ਔਲਾਦ ਨਾਲ ਸ਼ਿੰਗਾਰੀ ਹੋਈ ਹੋਵੇ। ਰੱਬ ਨੇ ਜਿੱਥੇ ਇੱਕ ਸਾਦਗੀ ਵਾਲੇ ਪਰਿਵਾਰ ਦੇ ਵਿੱਚੋਂ ਜੰਮੀ ਧੀ ਨੂੰ ਮਹਾਰਾਣੀ ਬਣਨ ਦਾ ਇਹ ਸੁਨਹਿਰੀ ਮੌਕਾ ਬਖਸ਼ਿਸ਼ ਕੀਤਾ, ਤੇ ਉੱਥੇ ਰੱਬ ਨੇ ਹੋਰ ਇੱਕ ਦਾਤ ਦੇ ਦਿੱਤੀ। ਇਹਦੀ ਝੋਲੀ ਵਿੱਚ 4 ਸਤੰਬਰ 1838 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਗ੍ਰਹਿ ਵਿਖੇ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ, ਜਿਹਦਾ ਨਾਂ ਦਲੀਪ ਸਿੰਘ ਰੱਖਿਆ ਗਿਆ। ਵਕਤ ਨੇ ਅਗਲੇਰੇ ਕਦਮ ਪੁੱਟੇ। ਆਖਿਰਕਾਰ ਸਮੇਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ। ਉਹਨਾਂ ਤੋਂ ਬਾਅਦ ਦੁੱਖਾਂ ਭਰੀ ਕਹਾਣੀ ਦੇ ਦਿਨ ਸ਼ੁਰੂ ਹੋ ਗਏ। ਉਹਨਾਂ ਤੋਂ ਬਾਅਦ ਵਿੱਚ ਰਾਜ ਤਖ਼ਤ ਦੇ ਉੱਤੇ ਬੜੀ ਇੱਕ ਤਾਸ਼ ਦੇ ਪੱਤਿਆਂ ਵਾਂਗੂ ਗੇਮ ਖੇਡੀ ਜਾ ਲੱਗੀ। ਬਿਠਾਏ ਜਾਂਦੇ ਨੇ ਲੋਕ ਰਾਜ ਕਰਨ ਵਾਸਤੇ, ਪਰ ਇੱਥੇ ਬਿਠਾਏ ਜਾਂਦੇ ਸਨ ਉਹਨਾਂ ਦੀ ਮੌਤ ਦਾ ਬਹਾਨਾ ਬਣਾਉਣ ਵਾਸਤੇ। ਜਦੋਂ ਇਹਨਾਂ ਦੇ ਇਹੋ ਜਿਹੇ ਕਾਰਨ ਬਣੇ, ਡੋਗਰਿਆਂ ਦੀ ਗਦਾਰੀ ਦੇ ਕਾਰਨ, ਇਸ ਘਰ ਵਿੱਚੋਂ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਇਹ ਸਾਰੇ ਤੁਰ ਗਏ। ਤੇ ਆਖਿਰਕਾਰ ਇੱਕ ਦਿਨ ਵਕਤ ਆਇਆ ਜਦੋਂ ਰਾਜ ਦਰਬਾਰ ਦੇ ਵਿੱਚ ਲਹਿਣਾ ਸਿੰਘ ਤੇ ਅਜੀਤ ਸਿੰਘ ਨੇ ਆਪਣਿਆਂ ਨੇ ਹੀ ਉਸ ਮਹਾਰਾਜਾ ਛੇਰ ਸਿੰਘ ਨੂੰ ਮਾਰ ਦਿੱਤਾ, ਉਹਦੇ ਪੁੱਤਰ ਕਮਰ ਪ੍ਰਤਾਪ ਸਿੰਘ ਨੂੰ ਮਾਰ ਦਿੱਤਾ, ਤੇ ਦੋਨਾਂ ਦੇ ਸਿਰ ਲੈ ਕੇ ਆਏ। ਰਾਜਾ ਧਿਆਨ ਸਿੰਘ ਨੂੰ ਕਹਿਣ ਲੱਗੇ ਵੀ ਅੱਜ ਅੰਦਰ ਆ, ਆਪਾਂ ਰਾਜ ਦਰਬਾਰ ਵਿੱਚ ਬੈਠ ਕੇ ਕੁਝ ਰਾਜ ਪ੍ਰਬੰਧ ਦੀਆਂ ਗੱਲਾਂ ਕਰਨੀਆਂ ਨੇ। ਖੈਰ ਅੰਦਰ ਆਇਆ ਤੇ ਧਿਆਨ ਸਿੰਘ ਡੋਗਰੇ ਦੇ ਵੀ ਗੋਲੀ ਮਾਰ ਕੇ ਉਹਦੀ ਵੀ ਜ਼ਿੰਦਗੀ ਦਾ ਅੰਤ ਕਰ ਦਿੱਤਾ। ਅਜੀਤ ਸਿੰਘ ਤੇ ਲਹਿਣਾ ਸਿੰਘ ਨੇ ਜਾ ਕੇ ਮਹਾਰਾਣੀ ਜਿੰਦਾ ਨੂੰ ਆਖਿਆ, ਤੇਰੇ ਪੁੱਤਰ ਨੂੰ ਮੈਂ ਲੈਣ ਵਾਸਤੇ ਆਇਆ ਤੇ ਇਹਨੂੰ ਰਾਜ ਤਖ਼ਤ ਤੇ ਬਿਠਾਉਣਾ। ਮਹਾਰਾਣੀ ਜਿੰਦਾ ਕੰਬੀ, ਉਹਨੇ ਦਰਦੇ ਕੀਤੇ, ਪਰ ਖੈਰ ਕੁਝ ਵੀ ਨਹੀਂ ਸੀ ਹੋ ਸਕਦਾ। ਦੋਨਾਂ ਪਾਸਿਆਂ ਤੋਂ ਉਹਨੂੰ ਆਪਣੇ ਪੁੱਤਰ ਦੀ ਮੌਤ ਨਜ਼ਰ ਆਉਂਦੀ ਸੀ, ਉਹਨੇ ਨਾਲ ਤੋੜ ਦਿੱਤਾ। ਲਹਿਣਾ ਸਿੰਘ ਨੇ ਲਿਆ ਕੇ ਧਿਆਨ ਸਿੰਘ ਦੇ ਖੂਨ ਵਿੱਚ ਰੰਗ ਕੇ ਆਪਣੀ ਉਂਗਲ ਨੂੰ ਤਖ਼ਤ ਤੇ ਬਿਠਾ ਕੇ ਉਹਦੇ ਮੱਥੇ ਤੇ ਤਿਲਕ ਲਾਇਆ। ਰਾਣੀ ਜਿੰਦਾ ਦਾ ਮਨ ਕਲਪਿਆ, ਭਾਵੇਂ ਮੇਰਾ ਪੁੱਤਰ ਬਾਦਸ਼ਾਹ ਬਣਿਆ, ਪਰ ਜਿਹੜੇ ਹਾਲਾਤਾਂ ਵਿੱਚ ਤੇ ਜਿਵੇਂ ਬਣਾਇਆ ਜਾ ਰਿਹਾ, ਉਹ ਕੋਈ ਬਹੁਤੇ ਸੁਖਾਵੇਂ ਨਜ਼ਰ ਨਹੀਂ ਸਨ ਆਉਂਦੇ। ਹੀਰਾ ਸਿੰਘ ਨੇ ਧਿਆਨ ਸਿੰਘ ਦੇ ਪੁੱਤਰ ਨੇ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਮਾਰ ਕੇ ਆਖਿਰਕਾਰ ਲਹਿਣਾ ਸਿੰਘ ਦੇ ਖੂਨ ਵਿੱਚ ਭਿਓ ਕੇ ਉਂਗਲ ਮਹਾਰਾਜਾ ਦਲੀਪ ਸਿੰਘ ਦੇ ਮਸਤਕ ਤੇ ਲਾਈ। ਮਹਾਰਾਣੀ ਜਿੰਦਾਂ ਦੀ ਜਿੰਦ ਫਿਰ ਕੰਬੀ, ਮੇਰੇ ਪੁੱਤਰ ਨਾਲ ਛੋਟੀ ਉਮਰੇ ਕੀ ਕੁਝ ਵਾਪਰਦਾ, ਕਿਉਂਕਿ ਜਦੋਂ ਤੱਕ ਤੇ ਬੈਠੇ ਸਨ 5 ਸਾਲ 11 ਦਿਨਾਂ ਦੀ ਕੇਵਲ ਉਮਰ ਹੈ। ਖੈਰ ਹਜੇ ਵੀ ਸਬਰ ਦਾ ਘੁੱਟ ਭਰ ਲਿਆ, ਆਪ ਸਰਪ੍ਰਸਤ ਬਣ ਗਈ ਤੇ ਇਸ ਕਾਰਜ ਨੂੰ ਆਰੰਭ ਕਰ ਲਿਆ। ਪਰ ਡੋਗਰਿਆਂ ਦੀ ਗਦਾਰੀ ਨੇ, ਅੰਗਰੇਜ਼ਾਂ ਦੀ ਚਾਹਤ ਨੇ ਰਲ ਕੇ ਕਈ ਜੰਗ ਲੜੇ। ਉਹਨਾਂ ਜੰਗਾਂ ਦੇ ਵਿੱਚ ਸਰਦਾਰਾਂ ਦੀ ਹਾਰ ਹੁੰਦੀ ਚਲੇ ਗਈ, ਗੋਰਿਆਂ ਦੇ ਕਦਮ ਪੰਜਾਬ ਦੀ ਧਰਤੀ ਵੱਲ ਵੱਧਦੇ ਚਲੇ ਗਏ। ਆਖਿਰਕਾਰ ਇੱਕ ਦਿਨ ਉਹ ਵਕਤ ਆਇਆ ਜਿਸ ਦਿਨ ਦਸੰਬਰ 1846 ਨੂੰ ਇਹਨਾਂ ਨੇ ਪੰਜਾਬ ਦੀ ਧਰਤੀ ਵੱਲ ਪੈਰ ਕਦਮ ਪੁੱਟੇ ਤੇ ਆਖਿਰਕਾਰ ਉਸ ਸਤਲੁਜ ਨੂੰ ਪਾਰ ਕੀਤਾ। ਖੈਰ ਵਕਤ ਆਇਆ, ਅੰਗਰੇਜ਼ਾਂ ਨੇ ਇਸ ਮਹਾਰਾਣੀ ਜਿੰਦਾਂ ਦੀ ਮੁੜ ਕੇ ਉਸ ਸਰਕਾਰੀ ਕੰਮਾਂ ਵਿੱਚ ਦਖਲ ਅੰਦਾਜ਼ੀ ਬੰਦ ਕਰ ਦਿੱਤੀ। ਉਸ ਤੋਂ ਬਾਅਦ ਇੱਕ ਵਕਤ ਐਸਾ ਵੀ ਆਇਆ ਜਦੋਂ ਇਹਨੂੰ 1.5 ਲੱਖ ਪੈਨਸ਼ਨ ਦੇ ਕੇ ਇਹ ਗੱਲ ਕਰ ਦਿੱਤੀ, ਦੂਜੇ ਸ਼ਬਦਾਂ ਵਿੱਚ ਮੈਂ ਕਹਿ ਰਿਹਾ ਸੌਖਾ ਜਿਹਾ, ਸੰਮਨ ਬੁਰਜ ਦੇ ਵਿੱਚ ਨਜ਼ਰ ਬੰਦ ਕਰ ਦਿੱਤਾ। ਮਹਾਰਾਜਾ ਦਲੀਪ ਸਿੰਘ ਦਾ ਸਰਪ੍ਰਸਤ ਉਹ ਆਪਣੇ ਵੱਲੋਂ ਕੋਸ਼ਿਸ਼ ਕੀਤੀ
ਹਾਲੇ ਇੱਕ ਗੱਲ ਉਹਨਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇੱਕ ਛੋਟੇ ਜਿਹੇ ਵਿੱਚੋਂ ਵਾਕਿਆ ਹੋਰ ਕਹਿਣਾ ਚਾਹੁੰਦਾ। ਇਹਨਾਂ ਦਿਨਾਂ ਦੇ ਵਿੱਚ ਅਚਾਨਕ ਇੱਕ ਵਾਰੀ ਅਗਸਤ ਦੇ ਮਹੀਨੇ 7 ਅਗਸਤ 1847 ਨੂੰ, ਜਿਵੇਂ ਪਿੱਛੇ ਜ਼ਿਕਰ ਵੀ ਕਰ ਚੁੱਕਾ ਹੋਇਆ ਦਾਸ, ਰਾਜਾ ਤੇਜਾ ਸਿੰਘ ਨੂੰ ਇੱਕ ਤਿਲਕ ਦੇਣਾ ਸੀ। ਉਹਦੇ ਲਈ ਡਿਊਟੀ ਲੱਗੀ ਮਹਾਰਾਜਾ ਦਲੀਪ ਸਿੰਘ ਦੀ, ਪਰ ਉਹਨੇ ਤਿਲਕ ਦੇਣ ਦੀ ਬਜਾਏ, ਹਾਲਾਂਕਿ ਆਪਣੀ ਉਂਗਲ ਵੀ ਲਵੇੜ ਲਈ ਸੀ, ਪਰ ਉਹਨੇ ਆਖਿਰਕਾਰ ਤਿਲਕ ਦੇਣ ਦੀ ਬਜਾਏ ਰਾਣੀ ਦੇ ਇਸ਼ਾਰੇ ਉੱਤੇ ਉਹ ਨਾ ਕਾਰਜ ਕੀਤਾ। ਗੋਰਿਆਂ ਦੇ ਕਹਿਣ ਮੁਤਾਬਕ ਉਹਨਾਂ ਦਾ ਮਨ ਕਲਪਿਆ, ਇਸ ਗੱਲੋਂ ਫੈਸਲਾ ਕੀਤਾ ਕਿੰਨਾ ਚੰਗਾ ਹੋਵੇ ਜੇ ਇਹ ਮਾਂਦਿਆਂ ਦੇ ਇਸ਼ਾਰੇ ਤੇ ਚੱਲੇਗਾ ਤੇ ਮੁੜ ਸਾਡੀ ਗੱਲ ਨਹੀਂ ਮੰਨੇਗਾ, ਏਡੋ ਚੰਗਾ ਇਹਨੂੰ ਮਾਂ ਦੇ ਕੋਲੋਂ ਪਾਸੇ ਕੀਤਾ ਜਾ ਸਕੇ। ਇਹ ਦਰਬਾਰ ਦੇ ਵਿੱਚ ਐਲਾਨ ਕਰ ਦਿੱਤਾ ਭਈ ਮਹਾਰਾਜੇ ਦੀ ਸਰਪ੍ਰਸਤੀ ਗੋਰਿਆਂ ਦੀ ਹੋਣ ਕਰਕੇ ਉਹਨਾਂ ਦੇ ਹਰ ਇੱਕ ਰਾਜ ਦਾ ਪ੍ਰਬੰਧ, ਉਹਨਾਂ ਦੇ ਹਰ ਇੱਕ ਤਰੀਕੇ ਰਹਿਣ ਸਹਿਣ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਗੋਰਿਆਂ ਦੇ ਸਿਰ ਤੇ ਹੈ, ਅੰਗਰੇਜ਼ਾਂ ਦੇ ਸਿਰ ਤੇ ਹੈ। ਇਸ ਲਈ ਅੰਗਰੇਜ਼ ਰਾਜ ਦਾ ਹੁਣ ਫਰਜ਼ ਬਣਦਾ ਭਈ ਉਹ ਹਰ ਇੱਕ ਪ੍ਰਤਪਾਲਨਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ। ਮਹਾਰਾਣੀ ਜਿੰਦਾ ਦੀ ਮਮਤਾ ਇਹਨੂੰ ਪੜ੍ਹਾਈ ਦੇ ਵਿੱਚ ਜਾਂ ਇਹਨੂੰ ਪ੍ਰਤਪਾਲਨਾ ਦੇ ਵਿੱਚ ਰੋਕ ਪਾ ਰਹੀ ਹੈ, ਇਸ ਲਈ ਕਿੰਨਾ ਚੰਗਾ ਹੋਵੇ ਜੇ ਇਹਨੂੰ ਪਾਸੇ ਕਰ ਦਿੱਤਾ ਜਾਵੇ, ਇੱਕ ਬਹਾਨਾ ਬਣਾ ਕੇ ਉਹਨੂੰ 19 ਅਗਸਤ 1847 ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਭੇਜ ਦਿੱਤਾ। ਇੱਕ ਗੱਲ ਚੇਤਾ ਰੱਖਿਓ ਪਿਆਰ ਵਾਲਿਓ, ਮੈਂ ਬੇਨਤੀ ਕਰਾਂ, ਦੁਨੀਆਂ ਦੇ ਅੰਦਰ ਜਿਤਨਾ ਸੁੱਖ ਮਾਂ ਦੀ ਗੋਦ ਦੇ ਸਕਦੀ ਹੈ ਨਾ, ਉਤਨਾ ਦੁਨੀਆਂ ਦਾ ਹੋਰ ਕੋਈ ਵੀ ਪੱਖ ਜਿਹੜਾ ਉਹ ਸੁੱਖ ਨਹੀਂ ਦੇ ਸਕਦਾ। ਤੁਸੀਂ ਕਦੇ ਵੇਖਿਓ ਅਨੇਕਾਂ ਗੱਲਾਂ ਮਨੁੱਖ ਦੀ ਜ਼ਿੰਦਗੀ ਨਾਲ ਮਾਂ ਨਾਲ ਜੁੜੀਆਂ ਹੋਈਆਂ ਨੇ। ਆਪਾਂ ਕਈ ਵਾਰੀ ਕਹਿੰਦੇ ਮਾਤ ਪਾਸ਼ਾ, ਹਾਲਾਂਕਿ ਪਿਓ ਵੀ ਉਸੇ ਵਿਹੜੇ ਵਿੱਚ ਹੁੰਦਾ ਹੈ, ਪਰ ਕਦੇ ਕੋਈ ਪਿਤਾ ਦੀ ਪਾਸ਼ਾ ਨਹੀਂ ਕਹਿੰਦਾ। ਦੂਜੇ ਸ਼ਬਦਾਂ ਵਿੱਚ ਮਾਤ ਭੂਮੀ, ਹਾਲਾਂਕਿ ਮਾਂ ਤਾਂ ਮਗਰੋਂ ਵਿਆਹ ਕੇ ਆਈ ਸੀ, ਪਰ ਪਿਤਾ ਤਾਂ ਉੱਥੇ ਜੰਮ ਪਲ ਕੇ ਵੱਡਾ ਹੋਇਆ ਹੁੰਦਾ, ਉਸ ਘਰ ਵਿੱਚ ਉਸ ਜਨਮ ਭੂਮੀ ਨੂੰ ਕੋਈ ਪਿਤਾ ਭੂਮੀ ਨਹੀਂ ਕਹਿੰਦਾ, ਮਾਤ ਭੂਮੀ ਕਹਿੰਦਾ। ਗੁਰਬਾਣੀ ਅੰਦਰ ਵੀ ਜਦੋਂ ਕਦੇ ਬਹੁਤੀਆਂ ਗੱਲਾਂ ਗਹਿਰੀਆਂ ਦਾ ਜ਼ਿਕਰ ਆਇਆ ਤਾਂ ਉਹ ਕੇਵਲ ਮਾਂ ਦੇ ਨਾਲ ਆਇਆ, ਪਿਤਾ ਨਾਲ ਉਤਨੀਆਂ ਗੱਲਾਂ ਦਾ ਜ਼ਿਕਰ ਨਹੀਂ ਆਇਆ। ਮਾਈ ਚਰਨ ਗੁਰ ਮਿੱਠੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਾਈ ਮਨ ਮੇਰੋ ਬਸ ਨਾਹੇ, ਇਹੋ ਜਿਹੇ ਅਨੇਕਾਂ ਬਚਨ ਨੇ। ਆਨੰਦ ਭਇਆ ਮੇਰੀ ਮਾਏ, ਪੂਤਾ ਮਾਤਾ ਕੀ ਅਸੀਸ, ਮਾਂ ਦਾ ਇੱਕ ਵੱਖਰਾ ਹੀ ਰਿਸ਼ਤਾ ਪਿਆਰ ਵਾਲਿਓ। ਸਤਿਗੁਰੂ ਜੀ ਦਾ ਜ਼ਿਕਰ ਹੈ, ਕਹਿਣ ਲੱਗੇ ਘਰ ਵਿੱਚੋਂ ਹਰ ਬੰਦਾ ਭਾਵੇਂ ਪਰਿਵਾਰ ਦੇ ਕਈ ਮੈਂਬਰ ਹੁੰਦੇ ਨੇ, ਪਰ ਹਰ ਬੰਦਾ ਆਪਣੀ ਭੁੱਖ ਨਾਲ ਰੋਟੀ ਖਾਂਦਾ, ਆਪਣੀ ਭੁੱਖ ਨਾਲ ਰੱਜ ਜਾਂਦਾ, ਪਰ ਇੱਕ ਮਾਂ ਦਾ ਰਿਸ਼ਤਾ ਇਹੋ ਜਿਹਾ ਹੈ, ਇਹ ਜਦੋਂ ਆਪ ਪ੍ਰਸ਼ਾਦਾ ਛਕ ਲਵੇ ਉਦੋਂ ਨਹੀਂ ਰੱਜਦੀ, ਬਲਕਿ ਪਿਆਰ ਵਾਲਿਓ ਇਹ ਉਦੋਂ ਰੱਜਦੀ ਹੈ ਜਦੋਂ ਇਹਦੀ ਔਲਾਦ ਰੱਜ ਕੇ ਪ੍ਰਸ਼ਾਦਾ ਛਕ ਲੈਂਦੀ ਹੈ। ਅੰਮ੍ਰਿਤ ਗੁਰਵਾਕ ਵੀ ਪੜ੍ਹਦੇ ਹੋ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਮਾਂ ਤੇ ਉਦੋਂ ਰੱਜਦੀ ਹੈ ਜਦੋਂ ਉਹਦਾ ਪੁੱਤਰ ਪ੍ਰਸ਼ਾਦਾ ਛਕ ਲੈਂਦਾ। ਮਾਂ ਆਪਣੇ ਪੁੱਤਰ ਨੂੰ ਜਿੰਨੇ ਚੰਗੇ ਢੰਗ ਨਾਲ ਪਾਲ ਸਕਦੀ ਹੈ ਹੋਰ ਕੋਈ ਕਿਵੇਂ ਪਾਲ ਸਕਦਾ, ਪਰ ਕੌਣ ਆਖੇ ਸਕਦੇ ਨੂੰ ਭਈ ਮਾਂ ਦੇ ਕੋਲੋਂ ਵਿਛੜਿਆ ਪੁੱਤ ਕਦੇ ਆਪਣੀ ਜ਼ਿੰਦਗੀ ਚ ਸੁੱਖ ਨਹੀਂ ਮੰਨਦਾ। ਕਦੇ ਪਿੰਡਾਂ ਵਿਚ ਵੇਖੀ ਦਾ ਸੀ ਪਿਆਰ ਵਾਲਿਓ, ਇੱਕ ਮਾਂ ਅਤੇ ਆਪਣੀ ਔਲਾਦ ਨੂੰ ਵਿਛੜਿਆ ਪਸ਼ੂ ਵੀ ਤੜਫ ਜਾਂਦੇ ਨੇ, ਇਹ ਤੇ ਜਿਉਂਦੀਆਂ ਜਿੰਦਾਂ ਨੇ, ਇਹ ਤੇ ਜਿਉਂਦੀ ਜਾਨ ਹੈ, ਇਹ ਕਿਵੇਂ ਵਿਛੜ ਕੇ ਰਹਿ ਸਕਦੇ ਸਨ। ਖੈਰ ਜ਼ਿੰਦਗੀ ਨੇ ਕੁਝ ਹੋਰ ਰੰਗ ਦਿਖਾਉਣੇ ਸਨ, ਪਹਿਲਾਂ ਪਤੀ ਦਾ ਵਿਛੋੜਾ, ਹੁਣ ਵਕਤ ਆਇਆ ਆਪਣੇ ਪੁੱਤਰ ਦਾ ਵੀ ਵਿਛੋੜਾ ਪੈ ਗਿਆ, ਪਰ ਹਾਲੇ ਵੀ ਵਕਤ ਨੇ ਸਾਹ ਨਾ ਲਿਆ। ਉਹ ਸੁਮਨ ਬੁਰਜ ਵਿੱਚੋਂ, ਲਾਹੌਰ ਦਰਬਾਰ ਵਿੱਚੋਂ ਆਖਿਰਕਾਰ ਸ਼ੇਖੂਪੁਰੇ ਦੇ ਇਲਾਕੇ ਦੇ ਵਿੱਚ ਉਸ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ। ਪੈਨਸ਼ਨ ਵੀ ਘਟਾ ਕੇ, ਜਿਹੜੀ 1.5 ਲੱਖ ਸੀ ਸਲਾਨਾ ਭੱਤਾ ਸੀ, ਉਹਨੂੰ ਘਟਾ ਕੇ 48,000 ਕਰ ਦਿੱਤਾ ਗਿਆ। ਰਾਣੀ ਉੱਤੇ ਹੋਰ ਕਈ ਤਰ੍ਹਾਂ ਦੇ ਸਾਜ਼ਿਸ਼ਾਂ ਦੇ ਦੋਸ਼ ਲਾ ਕੇ ਕੁਝ ਹੀ ਸਮਾਂ ਗੁਜ਼ਰਿਆ ਸੀ ਜਦੋਂ ਉਹਨੂੰ ਸ਼ੇਖੂਪੁਰਾ ਵੀ ਉਸ ਵੇਲੇ ਦੇ ਪੰਜਾਬ ਵਿੱਚ ਸੀ, ਪਰ ਉਹਨੂੰ ਸ਼ੇਖੂਪੁਰੇ ਤੋਂ ਵੀ ਕੱਢ ਕੇ, ਪੰਜਾਬ ਦੀ ਧਰਤੀ ਤੋਂ ਵੀ ਕੱਢ ਕੇ ਬਨਾਰਸ ਦੀ ਧਰਤੀ ਦੇ ਉੱਤੇ ਚੁਨਾਰ ਦੇ ਉਸ ਇਥੋਂ ਵੀ ਸਬਰ ਨਾ ਕੀਤਾ, ਆਖਿਰਕਾਰ ਇਥੋਂ ਵੀ ਚੁਨਾਰ ਜ਼ਿਲ੍ਹਾ ਮਿਰਜ਼ਾਪੁਰ ਦੇ ਕਿਲੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ।
ਇੱਥੇ ਕੁਝ ਸਮਾਂ ਗੁਜ਼ਰਿਆ। ਇੱਥੇ ਇੱਕ ਉਹਨਾਂ ਨੇ ਕੋਸ਼ਿਸ਼ ਕੀਤੀ, ਜਦੋਂ ਇਹਨਾਂ ਨੂੰ ਬਨਾਰਸ ਤੋਂ ਮਿਰਜ਼ਾਪੁਰ ਲੈ ਕੇ ਗਏ, ਇਸ ਇਲਾਕੇ ਵਿੱਚ ਲੈ ਕੇ ਗਏ, ਚੁਨਾਰ ਲੈ ਕੇ ਗਏ, ਤਾਂ ਉਦੋਂ ਗੋਰਿਆਂ ਦੀ ਇੱਕ ਬੜੀ ਵੱਡੀ ਫੌਜ, ਜਿਹਦਾ ਉਸ ਵੇਲੇ ਕਮਾਂਡ ਕਰ ਰਿਹਾ ਸੀ ਮੈਗਰੇਕਰ, ਮੇਜਰ ਮੈਗਰੇਕਰ, ਤੇ ਨਾਲ ਉਹਨੇ ਉੱਥੇ ਲਿਜਾ ਕੇ ਜਿਹੜਾ ਜੇਲ੍ਹ ਦਾ ਮੁਖੀ ਹੈ ਰੀਅਸ, ਉਹਨੂੰ ਇੱਕ ਗੱਲ ਕਹੀ। ਕਹਿਣ ਲੱਗੇ, ਭਲਿਆ, ਰਾਣੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਸ ਜਿਹੜੀ ਜੇਲ੍ਹ ਬਣਾਈ ਹੋਈ ਉਸ ਪਰਦੇ ਵਿੱਚ ਰਹਿਣਾ ਹੈ, ਤੇ ਤੁਹਾਡੇ ਲਈ ਇਹ ਹੁਕਮ ਹੈ, ਤੁਸੀਂ ਬਾਹਰੀ ਤੌਰ ਤੇ ਇੱਕ ਵਾਰੀ ਰਾਣੀ ਦੀ ਆਵਾਜ਼ ਸੁਣ ਲਓ, ਮੁੜ ਕੇ ਰੋਜ਼ ਰਾਣੀ ਨੂੰ ਬੁਲਾ ਕੇ ਵੇਖਣਾ, ਤੇ ਜਦੋਂ ਬੁਲਾ ਕੇ ਤੁਹਾਨੂੰ ਪਤਾ ਲੱਗੇ ਰਾਣੀ ਅੰਦਰ ਹੈ, ਤੇ ਇਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਉਸ ਤਰੀਕੇ ਦਾ ਪ੍ਰਬੰਧ ਕਰਨਾ। ਰੀਅਸ ਨੇ ਆਪਣੇ ਸਾਹਿਬ ਦੇ ਆਰਡਰ ਨੂੰ ਸੱਚ ਕਰਕੇ ਮੰਨਿਆ। ਵਕਤ ਆਇਆ, ਹਰ ਰੋਜ਼ ਉਹਨੇ ਉੱਥੇ ਜਾ ਕੇ ਉਸ ਗੱਲ ਨੂੰ ਉਵੇਂ ਮੰਨ ਲੈਣਾ, ਆਵਾਜ਼ ਮਾਰਨੀ, ਆਵਾਜ਼ ਮਾਰ ਕੇ ਪੁੱਛ ਲੈਣਾ, ਤੇ ਰਾਣੀ ਨੇ ਅੰਦਰੋਂ ਬੋਲ ਕੇ ਦੱਸ ਦੇਣਾ। ਰਾਣੀ ਦੀ ਆਵਾਜ਼ ਸੁਣ ਕੇ ਉਹਨੂੰ ਸਬਰ ਆ ਜਾਣਾ ਵੀ ਰਾਣੀ ਅੰਦਰ ਹੀ ਹੈ, ਹਾਲਾਂਕਿ ਸਾਰੇ ਪ੍ਰਬੰਧ ਸਨ। ਕੁਝ ਸਮਾਂ ਗੁਜ਼ਰਿਆ, ਇਹਦੇ ਕੋਲ ਇੱਕ ਦਾਸੀ ਨੌਕਰਾਣੀ ਰਹਿੰਦੀ ਸੀ। ਨੌਕਰਾਣੀ ਨੂੰ ਕਈ ਵਾਰੀ ਦਿਲ ਦੀਆਂ ਗੱਲਾਂ, ਆਪਣੇ ਦਿਲ ਦਾ ਭਾਰ ਹਲਕਾ ਕਰਨ ਵਾਸਤੇ, ਕਦੇ ਆਪਣੇ ਪੁੱਤ ਦਾ ਵਿਛੋੜਾ, ਕਦੇ ਰਾਜ ਭਾਗ ਦਾ ਵਿਛੋੜਾ, ਇਤਿਹਾਸਕ ਗੱਲਾਂ ਕਰਦਿਆਂ ਕਈ ਵਾਰੀ ਉਸ ਨੌਕਰਾਣੀ ਦੇ ਨਾਲ ਆਪਣੇ ਦਿਲ ਦਾ ਭਾਰ ਹਲਕਾ ਕਰਨਾ। ਪਰ ਆਖਿਰਕਾਰ ਉਹ ਜਿਹੜੀ ਨੌਕਰਾਣੀ ਸੀ, ਉਹ ਵੀ ਤੇ ਇਸਤਰੀ ਸੀ ਨਾ, ਉਹਦੇ ਮਨ ਵਿੱਚ ਵੀ ਇੱਕ ਦਿਨ ਦਰਦ ਪੈਦਾ ਹੋਇਆ। ਉਹਨੇ ਇੱਕ ਗੱਲ ਪੁੱਛ ਲਈ, ਕਹਿਣ ਲੱਗੀ, ਰਾਣੀ, ਹਾਂ ਤੇ ਮੈਂ ਨੌਕਰਾਣੀ ਹੈ, ਇਸ ਗੱਲ ਚ ਕੋਈ ਦੋ ਰਾਵਾਂ ਨਹੀਂ। ਵੱਡੇ ਰਾਜੇ ਮਹਾਰਾਜਿਆਂ ਦੇ ਮੁਕਾਬਲੇ ਵਿੱਚ ਇੱਕ ਨੌਕਰਾਣੀ ਦੀ ਕੀ ਪਾਇਆ ਹੁੰਦੀ ਏ, ਪਰ ਫਿਰ ਵੀ ਤੇਰੀ ਦੁੱਖਾਂ ਭਰੀ ਕਹਾਣੀ ਸੁਣ ਕੇ ਮੈਨੂੰ ਮੇਰੇ ਘਰ ਵਿੱਚ ਚੈਨ ਨਹੀਂ ਆਉਂਦੀ, ਮੈਨੂੰ ਮੇਰੇ ਚਿੱਤ ਵਿੱਚ ਚੈਨ ਨਹੀਂ ਆਉਂਦੀ। ਕੋਈ ਮੇਰੇ ਲਾਇਕ ਸੇਵਾ ਹੋਵੇ ਤੇ ਰਾਣੀ ਮੈਨੂੰ ਦੱਸਣ ਵਿੱਚ ਸੰਕੋਚ ਨਾ ਕਰੀ, ਮੈਂ ਕੋਈ ਸੇਵਾ ਕਰ ਸਕਦੀ ਹੋਵਾਂ ਤੇ ਮੈਂ ਬੜੇ ਸ਼ੌਕ ਨਾਲ ਸੇਵਾ ਕਰਾਂਗੀ। ਮਹਾਰਾਣੀ ਜਿੰਦਾ ਨੇ ਇੱਕ ਗੱਲ ਆਖੀ, ਕਹਿਣ ਲੱਗੀ, ਭਲੀਏ, ਸੇਵਾ ਤੇ ਤੂੰ ਬਹੁਤ ਵੱਡੀ ਕਰ ਸਕਨੀ ਹੈ, ਪਰ ਤੈਨੂੰ ਆਪਣਾ ਚਿੱਤ ਕਲੜਾ ਕਰਨਾ ਹੋਵੇਗਾ। ਹੋ ਸਕਦਾ ਹੈ ਮੇਰੇ ਦੁੱਖਾਂ ਦੇ ਨਾਲ ਨਾਲ ਤੇਰੇ ਦੁੱਖਾਂ ਦੀ ਕਹਾਣੀ ਵੀ ਸ਼ੁਰੂ ਹੋ ਜਾਏ। ਉਸ ਨੌਕਰਾਣੀ ਨੇ ਵਾਅਦਾ ਕੀਤਾ, ਜੇ ਮੈਂ ਕੁਝ ਦੁੱਖ ਝੱਲ ਕੇ ਤੇਰੇ ਦੁੱਖਾਂ ਭਰੀ ਪੰਡ ਨੂੰ ਕੁਝ ਹਲਕਾ ਕਰ ਸਕਾਂ ਤਾਂ ਮੈਂ ਇਸ ਗੱਲ ਲਈ ਆਪਣੇ ਆਪ ਨੂੰ ਸੁਭਾਗੀ ਸਮਝਾਂਗੀ, ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। ਖੈਰ, ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ, ਇੱਕ ਬਚਨ ਆਖਿਆ। ਰਾਣੀ ਜਿੰਦਾ ਨੇ ਇੱਕ ਗੱਲ ਆਖੀ, ਕਹਿਣ ਲੱਗੀ, ਤੂੰ ਇਸ ਤਰ੍ਹਾਂ ਕਰ ਸਕਨੀ ਏ, ਜਿਹੜੇ ਤੇਰੇ ਵਾਲੇ ਕੱਪੜੇ ਨੇ ਉਹ ਮੈਂ ਪਹਿਨ ਲਵਾਂਗੀ, ਜਿਹੜੇ ਮੇਰੇ ਵਾਲੇ ਕੱਪੜੇ ਨੇ ਉਹ ਤੂੰ ਪਹਿਨ ਲਵੀ ਭਲੀਏ, ਤੇ ਮੇਰੇ ਵਾਲੇ ਇਸ ਬਿਸਤਰ ਦੇ ਉੱਤੇ, ਮੇਰੇ ਵਾਲੇ ਇਸ ਅਸਥਾਨ ਦੇ ਉੱਤੇ ਤੂੰ ਬੈਠਣਾ, ਮੈਂ ਅੱਜ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਾਹਰ ਚਲੇ ਜਾਵਾਂਗੀ ਤੇ ਉਵੇਂ ਆਪਣਾ ਮੁੱਖ ਕੱਢ ਕੇ, ਤੇ ਜਦੋਂ ਕੱਲ ਤੈਨੂੰ ਬੁਲਾਉਣਗੇ ਕੁਝ ਪਤਾ ਲੱਗੇਗਾ, ਫਿਰ ਜਦੋਂ ਰਾਜ ਖੁੱਲੇਗਾ ਤੇ ਹੋ ਸਕਦਾ ਤੈਨੂੰ ਕੁਝ ਦੁੱਖ ਮਿਲੇ। ਨੌਕਰਾਣੀ ਨੇ ਪ੍ਰਵਾਨ ਕਰ ਲਿਆ। ਉੱਥੇ ਦੋਵੇਂ ਸਹੇਲੀਆਂ ਵਾਂਗੂ ਵਿਚਰਨ ਲੱਗੀਆਂ ਤੇ ਆਖਿਰ ਇੱਕ ਦਿਨ ਵਕਤ ਵੇਖ ਕੇ ਰਾਣੀ ਨੇ ਅੱਜ ਨੌਕਰਾਣੀ ਵਾਲੇ ਕੱਪੜੇ ਬਦਲਾਏ ਨੇ। ਸਮਾਂ ਕੀ ਕੁਛ ਕਰਵਾ ਦਿੰਦਾ। ਨੌਕਰਾਣੀ ਨੇ ਰਾਣੀ ਵਾਲੇ ਕੱਪੜੇ ਪਾਏ ਨੇ, ਘੁੱਟ ਕੇ ਉਹਨੂੰ ਗੱਲ ਬੱਕੜੀ ਚ ਲਿਆ, ਇੱਕ ਗੱਲ ਆਖੀ, ਕਹਿਣ ਲੱਗੀ, ਭਲੀਏ, ਚੇਤਾ ਰੱਖੀ ਮੈਂ ਕਿਸਮਤ ਦੀ ਮਾਰੀ ਹੋਈ ਦੇ, ਕਿਤੇ ਦਿਨ ਚੰਗੇ ਆ ਗਏ, ਮੈਂ ਤੇਰਾ ਕਰਜ਼ ਕਦੇ ਆਪਣੇ ਸਿਰ ਤੇ ਜਿਹੜਾ ਲੈ ਕੇ ਚੱਲੀ ਏ ਇਹ ਉਤਾਰਨ ਦੀ ਕੋਸ਼ਿਸ਼ ਕਰਾਂਗੀ। ਮੈਨੂੰ ਸਮਝ ਨਹੀਂ ਲੱਗਦੀ, ਜਿੱਥੇ ਮੇਰੇ ਆਪਣਿਆਂ ਨੇ ਰੱਜ ਕੇ ਮੇਰੇ ਨਾਲ ਧਰੋ ਕਮਾਇਆ, ਮੈਂ ਅੱਜ ਤੈਨੂੰ ਨੌਕਰਾਣੀ ਕਵਾਂ, ਮੈਂ ਅੱਜ ਤੈਨੂੰ ਆਪਣੀ ਭੈਣ ਕਵਾਂ, ਮੈਂ ਅੱਜ ਤੈਨੂੰ ਰੱਬ ਵੱਲੋਂ ਭੇਜਿਆ ਕੋਈ ਆਪਣੇ ਲਈ ਫਰਿਸ਼ਤਾ ਕਵਾਂ, ਮੈਨੂੰ ਸਮਝ ਨਹੀਂ ਲੱਗਦੀ, ਮੈਂ ਰਾਣੀ ਹੈ, ਲੋਕ ਮੇਰੇ ਪੈਰੀ ਹੱਥ ਲਾਉਂਦੇ ਰਹੇ ਨੇ, ਪਰ ਅੱਜ ਮੇਰਾ ਦਿਲ ਕਰਦਾ ਮੈਂ ਤੇਰੇ ਪੈਰੀ ਹੱਥ ਲਾ ਦਿਆਂ, ਮੇਰੇ ਦੁੱਖਾਂ ਨੂੰ ਵੰਡਾਉਣ ਵਾਲੀਏ। ਨੌਕਰਾਣੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ।
ਉਸੇ ਵੇਲੇ ਫਿਰ ਇੱਕ ਗੱਲ ਵਕੜੀ ਪਾਈ। ਇੱਕ ਬਚਨ ਆਖੇ ਨੌਕਰਾਣੀ ਨੇ, ਕਹਿਣ ਲੱਗੇ ਮਹਾਰਾਣੀ ਗਰੀਬਾਂ ਨੇ ਜ਼ਿੰਦਗੀ ਕਿਵੇਂ ਕੱਟੀ ਹੁੰਦੀ ਇਹ ਗਰੀਬ ਬਹੁਤਾ ਜਾਣਦੇ ਨੇ। ਅੱਜ ਰਾਣੀਆਂ ਵਾਲੇ ਕੱਪੜੇ ਪਾ ਕੇ, ਅੱਜ ਇੱਕ ਰਾਣੀ ਨੂੰ ਗਲਵੱਕੜੀ ਪਾ ਕੇ, ਅੱਜ ਇੱਕ ਰਾਣੀ ਦੀ ਮਦਦ ਕਰਕੇ ਜਿਹੜਾ ਮੈਂ ਆਪਣੇ ਜੀਵਨ ਵਿੱਚ ਆਨੰਦ ਮਾਣਿਆ, ਸੁੱਖ ਮਾਣਿਆ, ਇਹ ਸ਼ਾਇਦ ਮੈਂ ਆਪਣੇ ਮਨ ਦੀ ਅਵਸਥਾ ਤੈਨੂੰ ਨਾ ਦੱਸ ਸਕਾਂ। ਪਿਆਰ ਕਰਕੇ ਮੱਥਾ ਚੁੰਮ ਕੇ ਰਾਣੀ ਨੇ ਨੌਕਰਾਣੀ ਨੂੰ ਆਪਣੇ ਤਖ਼ਤ ਤੇ ਬਿਠਾ ਦਿੱਤਾ, ਆਪਣੇ ਆਸਣਾਂ ਤੇ ਬਿਠਾ ਦਿੱਤਾ, ਆਪ ਉਥੋਂ ਚਲੇ ਗਈ। ਆਖਿਰਕਾਰ ਅਗਲੇ ਦਿਨ ਜਦੋਂ ਉਸ ਰੀਅਸ ਨੇ ਆਵਾਜ਼ ਮਾਰ ਕੇ ਪੁੱਛਿਆ ਤਾਂ ਕੁਦਰਤੀ ਗੱਲ ਹੈ ਨੌਕਰਾਣੀ ਦੀ ਆਵਾਜ਼ ਕੁਝ ਬਦਲੀ ਹੋਈ ਆਵਾਜ਼ ਸੀ। ਤਾਂ ਉਸ ਵੇਲੇ ਪਿਆਰ ਵਾਲਿਓ ਜਦੋਂ ਬਦਲੀ ਹੋਈ ਆਵਾਜ਼ ਵਿਚ ਵੇਖਿਆ ਤੇ ਉਹਨੇ ਅੱਗਿਓ ਗੱਲ ਆਖੀ, ਕਹਿਣ ਲੱਗੇ ਅੱਜ ਮੈਨੂੰ ਆਵਾਜ਼ ਕੁਝ ਹੋਰ ਤਰੀਕੇ ਦੀ ਆਉਂਦੀ ਏ। ਤਾਂ ਉਸੇ ਵੇਲੇ ਉਸ ਨੌਕਰਾਣੀ ਨੇ ਗੱਲ ਆਖੀ, ਕਹਿਣ ਲੱਗੇ ਨਹੀਂ ਆਵਾਜ਼ ਬਦਲੀ ਨਹੀਂ ਹੋਈ, ਅਸਲ ਵਿਚ ਮੈਨੂੰ ਜ਼ੁਕਾਮ ਹੈ ਤੇ ਨਾਲ ਹੀ ਮੇਰਾ ਗਲਾ ਖਰਾਬ ਹੈ ਜਿਹਦੇ ਕਾਰਨ ਤੁਹਾਨੂੰ ਆਵਾਜ਼ ਬਦਲੀ ਹੋਈ ਲੱਗਦੀ ਏ। ਖੈਰ ਰਾਣੀ ਬੜੀ ਦੂਰ ਲੰਘ ਚੁੱਕੀ ਹੋਈ ਸੀ। ਆਖਿਰਕਾਰ 1849 ਨੂੰ ਉਹ ਇਧਰਲੇ ਪਾਸੇ ਅਪ੍ਰੈਲ ਦੇ ਮਹੀਨੇ ਚੁਨਾਰ ਦੇ ਵਿੱਚੋਂ ਨਿਕਲ ਕੇ ਅਨੇਕਾਂ ਤਰ੍ਹਾਂ ਦੇ ਸੰਕਟ ਭੋਗਦੀ ਹੋਈ, ਅਨੇਕਾਂ ਤਰ੍ਹਾਂ ਦੇ ਦੁੱਖ ਝੱਲਦੀ ਹੋਈ ਕੁਝ ਦਿਨਾਂ ਦਾ ਸਫ਼ਰ ਤੈਅ ਕਰਕੇ 29 ਅਪ੍ਰੈਲ 1849 ਨੂੰ ਕਠਮੰਡੂ ਦੇ ਰਾਜਾ ਜੰਗ ਬਹਾਦਰ ਦੇ ਕੋਲ ਪਹੁੰਚ ਗਈ। ਜਾ ਕੇ ਰਾਣੀ ਨੇ ਪਹੁੰਚ ਕੀਤੀ ਤੇ ਇੱਕ ਗੱਲ ਆਖੀ ਜੰਗ ਬਹਾਦਰ ਨੂੰ, ਕਹਿਣ ਲੱਗੀ ਉਹ ਭਲਿਆ ਅੱਜ ਮੇਰੇ ਕੱਪੜਿਆਂ ਨੂੰ ਵੇਖ ਕੇ ਅੰਦਾਜ਼ਾ ਨਾ ਲਾਵੀਂ, ਅੱਜ ਮੇਰੇ ਪਹਿਰਾਵੇ ਨੂੰ ਵੇਖ ਕੇ ਅੰਦਾਜ਼ਾ ਨਾ ਲਾਵੀਂ, ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ। ਜੇ ਤੁਸੀਂ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੁਣਿਆ, ਸ਼ੇਰੇ ਪੰਜਾਬ ਦਾ ਨਾਂ ਸੁਣਿਆ? ਜੰਗ ਬਹਾਦਰ ਉੱਠ ਕੇ ਖਲੋ ਗਿਆ, ਕਹਿਣ ਲੱਗਿਆ ਹਾਂ ਬੜੀ ਮਹਿਮਾ ਸੁਣੀ ਹੈ। ਕਹਿਣ ਲੱਗੀ ਮੈਂ ਉਸੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਲਾਡਲੀ ਰਾਣੀ ਮਹਾਰਾਣੀ ਜਿੰਦਾ ਹੈ ਤੇ ਮੇਰੀ ਕਿਸਮਤ ਨੇ ਮੈਨੂੰ ਇੱਥੇ ਲਿਆ ਕੇ ਰੱਖਿਆ, ਸਮੇਂ ਨੇ ਇੱਥੇ ਲਿਆ ਕੇ ਰੱਖਿਆ। ਮੈਂ ਇਸ ਤਰ੍ਹਾਂ ਬਰਬਾਦ ਹੋਈ, ਆਪਣੀ ਬਰਬਾਦੀ ਦੀ ਕਹਾਣੀ ਦੱਸੀ। ਜੰਗ ਬਹਾਦਰ ਦਾ ਚਿੱਤ ਪਤੀਜਿਆ ਗਿਆ, ਉਹਨੇ ਇੱਕ ਗੱਲ ਆਖੀ, ਕਹਿਣ ਲੱਗੇ ਫਰਜ਼ ਤੇ ਮੇਰਾ ਬਣਦਾ ਸੀ, ਇਸ ਵੇਲੇ ਮੈਂ ਆਪਣੀਆਂ ਫੌਜਾਂ ਦੇ ਨਾਲ ਤੇਰੀ ਕੁਛ ਮਦਦ ਕਰਦਾ, ਪਰ ਮੇਰੇ ਕੋਲ ਇਤਨੀ ਵੱਡੀ ਤਾਕਤ ਨਹੀਂ। ਮੈਂ ਉਸ ਅੰਗਰੇਜ਼ੀ ਸਰਕਾਰ ਨਾਲ ਕੁਝ ਆਪਣੇ ਵੱਲੋਂ ਮੱਥਾ ਲਾ ਸਕਾਂ। ਹਾਂ ਇੰਨੀ ਗੱਲ ਜ਼ਰੂਰ ਹੈ, ਮੈਨੂੰ ਆਪਣੇ ਦਰਬਾਰ ਵਿੱਚ ਮੈਂ ਤੁਹਾਨੂੰ ਪਨਾਹ ਦੇ ਕੇ ਆਪਣੇ ਕੋਲ ਰਾਜਸੀ ਸ਼ਰਨ ਦੇ ਕੇ ਰੱਖ ਸਕਦਾ। ਰਾਣੀ ਨੇ ਪ੍ਰਵਾਨ ਕਰ ਲਿਆ, ਰਹਿਣ ਲੱਗ ਪਈ। ਸਮੇਂ ਨੇ ਫਿਰ ਆਪਣੀ ਟੋਰ ਟੁਰਦਿਆਂ ਕੁਝ ਇੱਕ ਸਾਲਾਂ ਦਾ ਪੰਧ ਤੈਅ ਕੀਤਾ। ਜੰਗ ਬਹਾਦਰ ਉਹਨੇ ਹਰ ਵਾਰੀ ਰਾਣੀ ਨੂੰ ਜਦੋਂ ਵੀ ਕਦੇ ਮਿਲਣਾ ਉਹਦੇ ਚਿਹਰੇ ਦੀ ਉਦਾਸੀ, ਉਹਦੇ ਮਨ ਦੀ ਉਦਾਸੀ ਇਹ ਮੂੰਹ ਬੋਲਦੀ ਤਸਵੀਰ ਸੀ। ਜੰਗ ਬਹਾਦਰ ਨੇ ਇੱਕ ਦਿਨ ਬੈਠ ਕੇ ਪੁੱਛਿਆ, ਕਹਿਣ ਲੱਗੇ ਮਹਾਰਾਣੀ ਮੈਂ ਮੰਨਦਾ ਵਾਂ ਤੈਨੂੰ ਤੇਰੇ ਪਤੀ ਦਾ ਵਿਛੋੜਾ ਪਿਆ, ਮੈਂ ਮੰਨਦਾ ਵਾਂ ਤੂੰ ਕਿਸੇ ਵੇਲੇ ਰਾਜ ਭਾਗ ਦੇ ਵਿੱਚ ਆਨੰਦ ਮਾਣਨ ਵਾਲੀ ਹੋਵੇਂਗੀ, ਪਰ ਅੱਜ ਮੈਂ ਇੱਥੇ ਰੱਖ ਕੇ ਹਰ ਸੁੱਖ ਤੈਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਕਿਤਨੇ ਦਿਨ ਹੋ ਗਏ, ਕਿਤਨਾ ਸਮਾਂ ਬੀਤ ਗਿਆ, ਮੈਂ ਤੇਰੇ ਚਿਹਰੇ ਦੇ ਉੱਤੋਂ ਕਦੇ ਉਹ ਮੁਰਝਾਇਆ ਹੋਇਆ ਚਿਹਰਾ ਕਦੇ ਖੇੜੇ ਵਿੱਚ ਨਹੀਂ ਵੇਖਿਆ, ਮੈਨੂੰ ਦੱਸ ਸਕਣੀ ਹੈ ਮੈਂ ਤੇਰੀ ਹੋਰ ਕੀ ਮਦਦ ਕਰ ਸਕਣਾ। ਪਿਆਰ ਵਾਲਿਓ ਚੇਤਾ ਰੱਖਿਓ, ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਨੇ ਬਚਨ ਆਖੇ ਸਨ, ਭਾਵੇਂ ਉਹਦੀ ਸ਼ਬਦਾਵਲੀ ਨੇ ਇੱਕ ਕਿਤਾਬਾਂ ਵਿੱਚ ਕੁਝ ਵੱਖੋ ਵੱਖਰੀ ਢੰਗ ਦੀ ਹੈ, ਪਰ ਦਾਸ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਮਾਂ ਦਾ ਹਿਰਦਾ ਹੀ ਰਿਹਾ ਹੁੰਦਾ, ਮਾਂ ਜਿਹਾ ਕਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਏ, ਜਿਸ ਤੋਂ ਸ਼ਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ, ਹੋਰ ਤਾਂ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਪਰ ਇਹ ਬੂਟਾ ਐਸਾ ਡਿੱਠਾ ਫੁੱਲਾਂ ਬਾਝ ਕੁਮਲਾਏ। ਕਹਿਣ ਲੱਗੇ ਦੁਨੀਆਂ ਦੇ ਅੰਦਰ ਬੇਅੰਤ ਬੂਟੇ ਨੇ, ਜੇ ਉਹਨਾਂ ਦੀ ਜੜ ਸੁੱਕ ਜਾਏ ਤੇ ਸੁੱਕ ਜਾਂਦੇ ਨੇ,
ਪਰ ਮਾਂ ਇਹੋ ਜਿਹਾ ਕਣਛਾਵਾਂ ਬੂਟਾ ਹੈ ਜੀ ਤੋਂ ਲੱਗਦਾ ਰੱਬ ਨੇ ਵੀ ਆਪਣੇ ਸਵਰਗ ਵਿਚ ਇਹਦੇ ਤੋਂ ਛਾਂ ਉਧਾਰੀ ਲੈ ਕੇ ਬਣਾਏ ਨੇ ਜੋ ਲੋਕਾਂ ਦੀ ਰੀਤ ਹੈ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ ਉਹਨਾਂ ਬਚਨ ਆਖੇ ਨੇ ਕਹਿਣ ਲੱਗੇ ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਦੁਨੀਆਂ ਦੇ ਕੁੱਲ ਬੂਟੇ ਤਾਂ ਜੜ ਸੁੱਕਿਆਂ ਸੁੱਕਦੇ ਨੇ ਪਰ ਇਹ ਬੂਟਾ ਇਹੋ ਜਿਹਾ ਜਿਹੜਾ ਫੁੱਲਾਂ ਤੋਂ ਬਾਅਦ ਕੁਮਲਾ ਜਾਂਦਾ। ਫੁੱਲਾਂ ਵੀ ਆਉਣਾ ਭਾਵ ਆਪਣੀ ਔਲਾਦ ਦਾ ਦੁੱਖ ਦੇਖ ਕੇ ਇਹ ਨਹੀਂ ਬਰਦਾਸ਼ਤ ਕਰ ਸਕਦੀ। ਮਾਂ ਰੱਬ ਨੂੰ ਇਸੇ ਲਈ ਸੰਸਾਰ ਨੇ ਇੱਕੋ ਜਿਹਾ ਦਰਜਾ ਦਿੱਤਾ ਹੈ। ਖੈਰ ਮਹਾਰਾਣੀ ਜਿੰਦਾ ਨੇ ਆਪਣੇ ਦਿਲ ਦਾ ਦਰਦ ਫਿਰ ਫਰੋਲਿਆ। ਕਹਿਣ ਲੱਗੀ ਜ਼ਖਮ ਤਾਂ ਬਹੁਤ ਨੇ, ਸਮੇਂ ਨੇ ਬੜੇ ਜ਼ਖਮ ਦਿੱਤੇ ਸਨ ਪਰ ਸਮੇਂ ਨੇ ਕੁਝ ਕੁਝ ਸਮੇਂ ਤੋਂ ਬਾਅਦ ਭਰ ਵੀ ਦਿੱਤੇ ਨੇ। ਇੱਕ ਜ਼ਖਮ ਜੰਗ ਬਹਾਦਰ ਰੋਜ਼ ਸੋਚਿਆ ਵੀ ਪੂਰਾ ਨਹੀਂ ਹੁੰਦਾ, ਰੋਜ਼ ਭਰਨ ਦੀ ਕੋਸ਼ਿਸ਼ ਕਰਦੀ ਨਹੀਂ ਭਰਿਆ ਜਾਂਦਾ। ਜਿੰਦਾ ਮੰਨ ਜਾਂਦੀ ਏ, ਮਹਾਰਾਣੀ ਮੰਨ ਜਾਂਦੀ ਏ ਪਰ ਇਹਦੇ ਅੰਦਰ ਬੈਠੀ ਮਾਂ ਨਹੀਂ ਜੇ ਮੰਨਦੀ। ਉਹਨੂੰ ਬੜੀ ਵਾਰੀ ਸਮਝਾਇਆ ਉਸ ਮਾਂ ਦੇ ਅਥਰੂ ਨਹੀਂ ਸੁੱਕਦੇ ਜਿਹੜੀ ਮਾਂ ਨੇ 5 ਕੁ ਸਾਲਾਂ ਦੀ ਆਪਣੀ ਗੋਦ ਵਿਚ ਆਪਣੇ ਬੱਚੇ ਨੂੰ ਖਿਡਾਇਆ। ਦੁਨੀਆਂ ਅੰਦਰ ਕੋਈ ਮਾਂ ਮਰ ਜਾਏ ਤੇ ਸਬਰ ਹੋ ਜਾਂਦਾ, ਮੈਂ ਤੇ ਜਿਉਂਦਿਆਂ ਦੀ ਆਪਣੇ ਪੁੱਤ ਤੋਂ ਵਿਛੜੀ ਹੋਈ ਏ। ਇਸ ਅੰਦਰਾਂ ਨੂੰ ਲੱਗਿਆ ਹੋਇਆ ਜਿਹੜਾ ਜ਼ਖਮ ਆਪਣੇ ਪੁੱਤ ਦੇ ਵਿਛੋੜੇ ਦਾ ਮੇਰੇ ਕੋਲ ਉਹ ਨਹੀਂ ਜੇ ਚੱਲਿਆ ਜਾਂਦਾ। ਯਕੀਨ ਕਰਕੇ ਜਾਣੇ ਹੋ ਸੁਭਾਗੇ ਨੇ ਉਹ ਲੋਕ ਜਿਨ੍ਹਾਂ ਨੂੰ ਮਾਂ ਮਿਲੀ ਹੁੰਦੀ ਏ, ਸੁਭਾਗੇ ਨੇ ਉਹ ਲੋਕ ਜਿਨ੍ਹਾਂ ਨੂੰ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਮਾਂ ਵਰਗਾ ਪਰ ਉਪਕਾਰ ਕੋਈ ਨਹੀਂ ਕਰਦਾ, ਮਾਂ ਦਾ ਕਰਜ਼ ਬੜਾ ਹੈ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ ਆਖਿਰਕਾਰ ਉਹਨੇ ਬਚਨ ਪੁੱਛੇ ਮੈਂ ਕੀ ਸੇਵਾ ਕਰ ਸਕਦਾ। ਮਹਾਰਾਣੀ ਕਹਿਣ ਲੱਗੀ ਕਿਸੇ ਤਰ੍ਹਾਂ ਮੇਰੇ ਪੁੱਤ ਦਾ ਮਿਲਾਪ ਹੋ ਸਕਦਾ। ਕਹਿਣ ਲੱਗੇ ਆਪਾਂ ਕੋਈ ਉਪਰਾਲਾ ਕਰਨੇ ਆ। ਇੱਕ ਚਿੱਠੀ ਲਿਖੀ ਗੋਰਿਆਂ ਦੇ ਰਾਜ ਨੂੰ, ਇੱਕ ਮਾਂ ਤੇ ਪੁੱਤਰ ਦਾ ਵਿਛੋੜਾ, ਉਹਦੇ ਅਨੇਕਾਂ ਤਰ੍ਹਾਂ ਦੇ ਤੜਫ ਦੇ ਜ਼ਖਮ ਉਹਨੂੰ ਵਾਰ ਵਾਰ ਚੈਨ ਨਹੀਂ ਕਰਨ ਦਿੰਦੇ। ਤੁਸੀਂ ਇੱਕ ਵਿਛੜੀ ਮਾਂ ਨੂੰ ਉਹਦੇ ਪੁੱਤ ਨਾਲ ਮਿਲਾ ਦਿਓ। ਸੋਚ ਵਿਚਾਰ ਕਰਕੇ ਆ ਗਿਆ ਤਾਂ ਮਿਲ ਗਈ। ਜਦੋਂ 13 ਸਾਲਾਂ ਬਾਅਦ ਪ੍ਰਬੰਧ ਹੋਇਆ, ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਚ ਆਪਾਂ ਬਾਕੀ ਗੱਲ ਵਿਚਾਰਾਂਗੇ, ਮੈਂ ਹੁਣ ਤੇ ਇੰਨੀ ਕੋਈ ਗੱਲ ਕਹਿਣੀ ਚਾਹੁੰਦਾ। ਆਖਿਰਕਾਰ ਉਹ ਵਕਤ ਆਇਆ ਜਦੋਂ 1861 ਦੇ ਵਿਚ 13 ਸਾਲਾਂ ਤੋਂ ਮਗਰੋਂ ਆਪਣੇ ਪੁੱਤਰ ਨੂੰ ਮਿਲਣ ਦੀ ਆਗਿਆ ਮਿਲੀ, ਪਰ ਉਹ ਵੀ ਇਸ ਢੰਗ ਦੀ। ਮਹਾਰਾਣੀ ਨੂੰ ਆਖਿਆ ਨਾ ਤੂੰ ਪੰਜਾਬ ਦੀ ਧਰਤੀ ਤੇ ਜਾ ਸਕਦੀ ਏ, ਨਾ ਤੇਰਾ ਪੁੱਤਰ ਪੰਜਾਬ ਦੀ ਧਰਤੀ ਤੇ ਕਦਮ ਰੱਖ ਸਕਦਾ, ਨਾ ਹੀ ਤੁਸੀਂ ਲਾਹੌਰ ਦਰਬਾਰ ਨਾਲ ਕੋਈ ਸੰਪਰਕ ਰੱਖ ਸਕਦੇ ਹੋ। ਹਾਂ ਤੁਹਾਡੀ ਇਸ ਗੱਲ ਨੂੰ ਵੇਖਦੇ ਹਾਂ, ਇੰਨਾ ਕੁਛ ਹੋ ਸਕਦਾ। ਕਲਕੱਤੇ ਦੇ ਵਿਚ ਮਿਲਾਪ ਹੋਇਆ ਜਿਹਨੂੰ ਅੱਜ ਵੀ ਅਸਥਾਨ ਪੰਜਾਬੀ ਮੋੜ ਆਖਨੇ ਹੈ, ਤੇ ਉਸ ਅਸਥਾਨ ਉੱਤੇ ਮਿਲੀ। ਮਹਾਰਾਣੀ ਜਿੰਦਾਂ ਦੀਆਂ ਰੋ ਰੋ ਕੇ ਅੱਖਾਂ ਦੀ ਰੋਸ਼ਨੀ ਕੁਝ ਘੱਟ ਗਈ ਸੀ। ਨਾਲ ਕੁਝ ਗੋਰੇ ਨੇ, ਉਨ੍ਹਾਂ ਵਰਗਾ ਹੀ ਚਿਹਰਾ ਮੋਹਰਾ ਅੱਜ ਉਹਦੇ ਪੁੱਤਰ ਦਾ, ਭੁੱਖੀਆਂ ਅੱਖਾਂ ਵੇਖਦੀਆਂ ਨੇ ਜੋ ਉਹਨੇ ਆਪਣੇ ਮਨ ਵਿਚ 13 ਸਾਲ ਕਿਆਸ ਕੀਤਾ ਸੀ। ਮੇਰਾ ਪੁੱਤਰ ਏਡਾ ਕੁ ਵੱਡਾ ਹੋ ਗਿਆ ਹੋਵੇਗਾ, ਉਹਦੇ ਸਿਰ ਉੱਤੇ ਏਡੇ ਕੁ ਕੇਸ ਹੋਣਗੇ ਜਿਹੜੇ ਮੈਂ 5 ਸਾਲ ਵਾਹੇ ਸਨ ਆਪਣੇ ਹੱਥਾਂ ਦੇ ਨਾਲ, ਉਹ ਏਡੇ ਵੱਡੇ ਵੱਡੇ ਹੋ ਗਏ ਬਣਗੇ। ਮੇਰੇ ਪੁੱਤਰ ਦੇ ਮੁਖ ਤੇ ਦਾੜੀ ਆ ਗਈ ਹੋਵੇਗੀ, ਇਤਨੇ ਕੁ ਵਾਲ ਦਾੜੀ ਦੇ ਹੋ ਬਣਗੇ। ਇਹ ਇਤਿਹਾਦਿਕ ਗੱਲਾਂ ਸੋਚ ਕੇ ਆਪਣੇ ਮਨ ਵਿਚ 18 ਸਾਲ 13 ਸਾਲ ਆਪਣੇ ਪੁੱਤਰ ਨੂੰ ਭਾਵੇਂ ਵਿਛੜੀ ਨੂੰ ਹੋ ਗਏ ਸਨ ਪਰ ਦਿਲ ਵਿਚੋਂ ਕਦੇ ਨਹੀਂ ਸੀ ਵਿਛੜੀ। ਮਨ ਮੰਦਰ ਵਿਚ ਰੋਜ਼ ਦਿਹਾੜੇ ਆਪਣੇ ਪੁੱਤਰ ਨੂੰ ਕਿਆਸ ਕਰ ਕਰਕੇ ਹਰ ਰੋਜ਼ ਉਹਨੂੰ ਜਵਾਨ ਹੁੰਦਾ ਵੇਖਦੀ ਸੀ। ਉਹ ਜਿਹੜਾ ਦਿਲ ਵਿਚ ਵਸਿਆ ਦਲੀਪ ਸਿੰਘ ਸੀ, ਜਦੋਂ ਉਹੀ ਜੀ ਤਸਵੀਰ ਉਹਨੇ ਸਾਹਮਣੇ ਵੇਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਸਾਰਿਆਂ ਵਿਚੋਂ ਇੱਕੋ ਜਿਹਿਆਂ ਵਿਚੋਂ ਇਹਨੂੰ ਦਲੀਪ ਸਿੰਘ ਨਾਲ ਲੱਭਿਆ। ਆਵਾਜ਼ ਮਾਰੀ ਦਲੀਪ ਸਿੰਘ ਅੱਗੇ ਵਧੇ ਨੇ ਕਦਮ, ਆਪਣੀ ਮਾਂ ਦੇ ਪੈਰ ਚੁੰਮੇ, ਮਾਂ ਦੇ ਪੈਰਾਂ ਨੂੰ ਹੱਥ ਲਾ ਕੇ, ਚਰਨੀ ਹੱਥ ਲਾ ਕੇ, ਜਦੋਂ ਦੀ ਗਲਵਕੜੀ ਵਿਚ ਆਇਆ ਮਾਂ ਦਾ ਪਿਆਰ ਭਰਿਆ ਭਿੱਜਿਆ ਹੱਥ ਉਸ ਦੇ ਪੁੱਤਰ ਦੀ ਪੱਗ ਨੂੰ ਟੋਣ ਲੱਗਾ। ਅੱਗੇ ਉਹ ਕੇਸ ਨਹੀਂ ਸਨ ਸਿਰ ਤੇ, ਮੁੱਖ ਵੱਲ ਆਇਆ ਅੱਗੇ ਉਹ ਦਾੜੀ ਨਹੀਂ ਸੀ ਮੁੱਖ ਤੇ ਉਸੇ ਵੇਲੇ ਮਾਂ ਦੀ ਗਲਵਕੜੀ ਢਿੱਲੀ ਹੋ ਗਈ, ਧਰਤੀ ਤੇ ਬੈਠ ਗਈ।
ਉਸੇ ਵੇਲੇ ਆਪਣੀ ਮਾਂ ਨੂੰ ਬਾਹਾਂ ਤੋਂ ਪਕੜ ਕੇ ਉਠਾਇਆ। ਕਹਿਣ ਲੱਗੇ, ਮਾਂ ਤੂੰ ਅੱਜ ਕਿਹੜੀ ਗੱਲੋਂ ਰੋਣੀ ਏ, ਅੱਜ ਤੇ ਮੈਂ ਤੇਰੇ ਕੋਲ ਆ ਗਿਆ। ਮਾਂ ਦੀਆਂ ਤਾਹਾਂ ਨਿਕਲ ਗਈਆਂ। ਕਹਿਣ ਲੱਗੀ, ਜਿੰਦਾ ਦੀ ਗੱਲ ਪੁੱਛਣਾ ਪੁੱਤਰਾ। ਉਹ ਜਿੰਦਾ ਨਹੀਂ ਸੀ, ਬਰਬਾਦ ਹੋਈ ਜਿਸ ਦਿਨ ਇਹਦਾ ਪਤੀ ਚੜਾਈ ਕਰ ਗਿਆ ਸੀ। ਮੈਂ ਜਵਾਨੀ ਪਹਿਰੇ ਵਿਚ ਵੀ ਮੌਤ ਵਰਗਾ ਕਫਨ ਓੜ ਲਿਆ ਸੀ। ਆਪਣੇ ਪੁੱਤ ਦੀ ਉਮੀਦ ਦੀ ਚਿਰਾਗ ਦੇ ਉੱਤੇ ਮੈਂ ਸੋਚਿਆ ਸੀ ਦਿਨ ਚੰਗੇ ਮੰਦੇ ਨਿਕਲ ਜਾਣਗੇ, ਮੇਰਾ ਪੁੱਤ ਜਵਾਨ ਹੋ ਜਾਏਗਾ, ਮੈਂ ਆਪਣੇ ਜੀਵਨ ਦੇ ਸੁੱਖ ਮਾਣਾਂਗੀ। ਜਿੰਦਾ ਨਹੀਂ ਸੀ, ਬਰਬਾਦ ਹੋਈ ਉਹ ਪੁੱਤਰਾ ਜਿਸ ਦਿਨ ਇਹਦਾ ਪਤੀ ਮਰਿਆ ਸੀ। ਜਿੰਦਾ ਨਹੀਂ ਸੀ, ਬਰਬਾਦ ਹੋਈ ਉਹ ਪੁੱਤਰਾ ਜਿਸ ਦਿਨ ਇਹਦਾ ਰਾਜ ਭਾਗ ਬਰਬਾਦ ਹੋਇਆ ਸੀ। ਜਿੰਦਾ ਨਹੀਂ ਸੀ, ਬਰਬਾਦ ਹੋਈ ਉਹ ਪੁੱਤਰਾ ਜਿਸ ਦਿਨ ਇਹਨੂੰ ਦੇਸ਼ ਨਿਕਾਲਾ ਮਿਲਿਆ ਸੀ। ਜਿੰਦਾ ਨਹੀਂ ਸੀ, ਬਰਬਾਦ ਹੋਈ ਉਹ ਪੁੱਤਰਾ ਜਿਸ ਦਿਨ ਇਹ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਨਿਕਲ ਗਈ ਸੀ। ਉਹ ਜਿੰਦਾ ਨਹੀਂ ਸੀ, ਬਰਬਾਦ ਹੋਈ ਉਹ ਪੁੱਤਰਾ ਜਦੋਂ ਇਹ ਦੂਜਿਆਂ ਦੀ ਪਨਾਹ ਲੈ ਕੇ ਗੁਲਾਮੀ ਵਰਗੇ ਦਿਨ ਕੱਟ ਲਈ ਸੀ। ਜਿੰਦਾ ਨੂੰ ਆਸ ਸੀ ਮੇਰਾ ਪੁੱਤ ਚੰਨ ਵਰਗਾ ਆਵੇਗਾ। ਸਭ ਕੁਝ ਬਰਬਾਦ ਹੋ ਕੇ ਵੀ ਜਿੰਦਾ ਨਹੀਂ ਸੀ, ਬਰਬਾਦ ਹੋਈ। ਪਰ ਅੱਜ ਮੈਂ ਤੈਨੂੰ ਆਖਨੀ ਏ, ਅੱਜ ਤੇਰੀ ਮਾਂ ਅੱਜ ਜਿੰਦਾ ਬਰਬਾਦ ਹੋ ਗਈ ਉਹ ਪੁੱਤਰਾ। ਮਾਂ ਨੂੰ ਪੁੱਛਿਆ ਕਿਉਂ ਬਰਬਾਦ ਹੋ ਗਈ। ਕਹਿਣ ਲੱਗੀ, ਅੱਜ ਤੂੰ ਸਿੱਖੀ ਨੂੰ ਉਜਾੜ ਕੇ ਆਇਆ, ਅੱਜ ਤੂੰ ਜਿੰਦਾ ਨੂੰ ਉਜਾੜ ਦਿੱਤਾ। ਸੱਚ ਕਰਕੇ ਜਾਣੀ ਤੇਰੀ ਮਾਂ ਮਰ ਗਈ ਏ ਅੱਜ। ਮਾਂ ਦੇ ਚਰਨੀ ਫਿਰ ਹੱਥ ਲਾਇਆ, ਘੁੱਟ ਕੇ ਗਲਵਕੜੀ ਵਿਚ ਲਿਆ, ਅੱਖਾਂ ਵਿਚ ਆਏ ਹੋਏ ਅਥਰੂ ਪੂੰਜੇ, ਨਾਲ ਇਕ ਗੱਲ ਕਹੀ। ਕਹਿਣ ਲੱਗੇ, ਮਾਂ ਸੱਚ ਕਰਕੇ ਜਾਣੀ ਮਾਂ ਦਾ ਵਿਛੋੜਾ ਧਰਮ ਦਾ ਵਿਛੋੜਾ ਬਣ ਗਿਆ। ਮਾਂ ਕੋਲ ਹੁੰਦੀ ਤੇ ਸ਼ਾਇਦ ਮੈਂ ਧਰਮ ਨਾ ਗਵਾਉਂਦਾ। ਮੇਰੇ ਨਾਲ ਚੱਲ, ਮੈਂ ਕੋਸ਼ਿਸ਼ ਕਰਾਂਗਾ, ਤੇਰੇ ਨਾਲ ਵਾਅਦਾ ਕਰਨਾ। ਜਿਹੜਾ ਦਲੀਪ ਸਿੰਘ ਤੇਰੇ ਅੰਦਰ ਵਸਦਾ ਨਾ, ਮੈਂ ਤੈਨੂੰ ਕਦੇ ਉਹੀਓ ਦਲੀਪ ਸਿੰਘ ਬਣ ਕੇ ਵਿਖਾਵਾਂਗਾ। ਮੈਨੂੰ ਸਮਾਂ ਦੇ ਮਾਂ, ਤੇਰੇ ਅੰਦਰ ਵਸਦਾ ਦਲੀਪ ਸਿੰਘ ਹੀ ਬਣਾਂਗਾ, ਪਰ ਤੂੰ ਮੇਰੇ ਨਾਲ ਚੱਲ। ਮਿਰਤਾਂ ਕੀਤੀਆਂ ਮਾਂ ਦੀਆਂ, ਆਖਰਕਾਰ ਗੋਰੀਆਂ ਦੇ ਕੋਲੋਂ ਆਗਿਆ ਲਈ। ਇੱਕ ਵਕਤ ਆਇਆ ਜਦੋਂ ਆਪਣੇ ਨਾਲ ਹੀ ਲੈ ਕੇ ਇੰਗਲੈਂਡ ਚਲਾ ਗਿਆ। ਔਰ ਇੰਗਲੈਂਡ ਜਾ ਕੇ ਹਾਲਾਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਮਹਾਰਾਣੀ ਜਿੰਦਾ ਨੂੰ ਵੱਖਰਾ ਰੱਖਿਆ ਤੇ ਉਸ ਮਹਾਰਾਜਾ ਦਲੀਪ ਸਿੰਘ ਨੂੰ ਵੱਖਰਾ ਰੱਖਿਆ। ਜੋ ਕੁਝ ਲਿਖਿਆ ਉਹਨਾਂ ਦੀਆਂ ਥਾਵਾਂ ਲਈ, ਮਹਾਰਾਜਾ ਦਲੀਪ ਸਿੰਘ ਨੂੰ ਲੰਡਨ ਵਿਚ ਰੱਖਿਆ ਤੇ ਰਾਣੀ ਨੂੰ ਕਨਿੰਗਸਟਨ ਉਸ ਸਥਾਨ ਦੇ ਉੱਤੇ ਰੱਖਿਆ ਗਿਆ। ਕਿਉਂਕਿ ਮਾਂ ਦਾ ਬੜਾ ਵੱਡਾ ਰੋਲ ਹੈ ਪਿਆਰਿਓ, ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ। ਖਿਆਲ ਕਰਕੇ ਵੇਖਿਓ ਕਦੇ ਆਪਣੀ ਜ਼ਿੰਦਗੀ ਦੇ ਅੰਦਰ। ਬੜੀ ਵਾਰੀ ਗਾਥਾ ਦਾਸ ਨੇ ਪਹਿਲਾਂ ਵੀ ਸਾਂਝੀ ਕੀਤੀ ਹੈ, ਫਿਰ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ। ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਵਿਚ ਆਪ ਜੀ ਨੇ ਕਈ ਵਾਰੀ ਪੜਿਆ ਸੁਣਿਆ ਹੋਵੇਗਾ। ਬਹੁਤ ਅਲਵੇਲਾ ਗੁਰੂ ਘਰ ਦਾ ਲਿਖਾਰੀ ਹੋਇਆ, ਬੜੀਆਂ ਗੱਲਾਂ ਉਹਨੇ ਬੜੇ ਪਿਆਰ ਨਾਲ ਲਿਖੀਆਂ ਨੇ, ਪਰ ਉਹਨਾਂ ਵਿਚੋਂ ਇੱਕ ਘਟਨਾ ਦਾ ਜ਼ਿਕਰ ਬੜਾ ਪਿਆਰਾ ਉਹਨਾਂ ਦੇ ਜੀਵਨ ਵਿਚ ਆਉਂਦਾ, ਉਹ ਕਦੇ ਨਾ ਭੁੱਲਣ ਵਾਲਾ ਹੈ। ਪ੍ਰੋਫੈਸਰ ਪੂਰਨ ਸਿੰਘ ਬੜੇ ਭਾਵਕ ਬਿਰਤੀ ਦੇ ਬੰਦੇ ਸਨ, ਸਮੇਂ ਨੇ ਕਰਵਟ ਖਾਧੀ। ਪੜ੍ਹਨ ਦਾ ਸ਼ੌਕ ਸੀ, ਪੜ੍ਹਨ ਦੇ ਲਈ ਜਪਾਨ ਦੀ ਧਰਤੀ ਤੇ ਚਲੇ ਗਏ। ਜਪਾਨ ਦੀ ਧਰਤੀ ਉੱਤੇ ਵਿਚਰਦਿਆਂ ਆਖਰਕਾਰ ਉਹਨਾਂ ਦਾ ਮਿਲਾਪ ਉਸ ਵੇਲੇ ਇੱਕ ਸਵਾਮੀ ਨਾਲ ਹੋਇਆ। ਸਵਾਮੀ ਨਾਲ ਮਿਲਾਪ ਹੋਇਆ, ਸਵਾਮੀ ਦਾ ਪ੍ਰਭਾਵ ਪਿਆ ਤੇ ਉਸ ਪ੍ਰਭਾਵ ਦੇ ਥੱਲੇ ਸਿੱਖੀ ਨੂੰ ਛੱਡ ਦਿੱਤਾ। ਇਹਦੀ ਮਾਂ ਨੇ ਇਹਨੂੰ ਬੜੇ ਪਿਆਰ ਨਾਲ ਪਾਲਿਆ ਸੀ। ਹਰ ਰੋਜ਼ ਕੋਸ਼ਿਸ਼ ਕਰਨੀ ਜਪਜੀ ਸਾਹਿਬ ਦਾ ਪਾਠ ਸੁਣਾ ਕੇ, ਹਰ ਰੋਜ਼ ਕੋਸ਼ਿਸ਼ ਕਰਨੀ ਇਹਨੂੰ ਸੋਹਿਲਾ ਸਾਹਿਬ ਦਾ ਪਾਠ ਸੁਣਾ ਕੇ ਆਪਣੇ ਪੁੱਤਰ ਨੂੰ ਪਾਲਿਆ। ਪਰ ਆਖਰਕਾਰ ਸਵਾਮੀ ਦੀਆਂ ਗੱਲਾਂ ਵਿਚ ਆ ਕੇ ਇਹਨੇ ਸਿੱਖੀ ਦਾ ਪੱਖ ਛੱਡ ਦਿੱਤਾ। ਸਿੱਖੀ ਦਾ ਪੱਖ ਛੱਡ ਕੇ ਉਹ ਸੰਨਿਆਸੀ ਬਣ ਗਿਆ। ਸੰਨਿਆਸੀ ਬਣ ਕੇ ਕੁਝ ਸਮਾਂ ਗੁਜ਼ਰਿਆ, ਉੱਥੇ ਪੜ੍ਹਦਿਆਂ ਵਕਤ ਲੰਘਿਆ। ਆਖਰਕਾਰ ਕੁਝ ਸਮੇਂ ਤੋਂ ਬਾਅਦ ਆਪਣੀ ਮਾਂ ਨੂੰ ਮਿਲਣ ਵਾਸਤੇ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ ਦੀ ਧਰਤੀ ਤੇ ਆਇਆ। ਜਦੋਂ ਮਾਂ ਨੂੰ ਮਿਲਿਆ, ਮਾਂ ਨੇ ਉਸ ਪੂਰਨ ਸਿੰਘ ਨੂੰ, ਜਿਹਨੂੰ ਬੜੀਆਂ ਔਖੀਆਂ ਕੱਟ ਕੇ ਪਾਲਿਆ ਸੀ,
ਆਪ ਮੁਸ਼ਕਲਾਂ ਕੱਟ ਕੇ ਪੜਾਈ ਵਾਸਤੇ ਭੇਜਿਆ ਸੀ। ਜਦੋਂ ਅੱਜ ਉਹ ਪੂਰਨ ਸਿੰਘ ਇਸ ਰੂਪ ਵਿਚ ਮਾਂ ਦੇ ਸਾਹਮਣੇ ਆਇਆ ਤਾਂ ਮਾਂ ਦੇ ਕੋਲੋਂ ਬਰਦਾਸ਼ਤ ਨਾ ਹੋਇਆ, ਮਾਂ ਦੇ ਕੋਲੋਂ ਪ੍ਰਮਾਣ ਨਾ ਹੋਇਆ। ਆਖਿਰਕਾਰ ਉਹਨੇ ਉਸੇ ਵੇਲੇ ਆਪਣੇ ਵੱਲੋਂ ਧਾਹਾਂ ਨਿਕਲ ਗਈਆਂ ਤੇ ਰੋਣ ਲੱਗ ਪਈ ਮਾਤਾ। ਇਤਨੀ ਰੋਈ, ਇਤਨੀ ਰੋਈ, ਇਤਨੀ ਰੋਈ, ਅੱਖਾਂ ਵਿੱਚੋਂ ਅੱਥਰੂ ਮੁੱਕ ਗਏ। ਦੁਪੱਟਾ ਭਰ ਦਿੱਤਾ ਉਹਨੇ ਰੋ ਰੋ ਕੇ। ਆਖਿਰਕਾਰ ਕੁਝ ਸਮੇਂ ਤੋਂ ਬਾਅਦ ਜਦੋਂ ਰੋ ਰੋ ਕੇ ਹਟ ਗਈ ਤੇ ਉਹਨੇ ਸਾਹਮਣੇ ਬੈਠ ਕੇ ਪੂਰਨ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਤੂੰ ਵੇਖ ਮੈਂ ਕਿੱਡਾ ਵੱਡਾ ਸੰਨਿਆਸੀ ਬਣ ਗਿਆ, ਤੇਰੀ ਕਿਸੇ ਵੀ ਗੱਲ ਦਾ ਮੇਰੇ ਉੱਤੇ ਬਿਲਕੁਲ ਵੀ ਰਤੀ ਮਾਤਰ ਕੋਈ ਅਸਰ ਨਹੀਂ ਹੋਇਆ, ਤੈਨੂੰ ਮਾਣ ਹੋਣਾ ਚਾਹੀਦਾ ਆਪਣੇ ਪੁੱਤਰ ਦੇ ਉੱਤੇ, ਇਹ ਕਿਤਨਾ ਵੱਡਾ ਸੰਨਿਆਸੀ, ਤੇਰੀ ਮੋਹ ਮਮਤਾ ਬਿਲਕੁਲ ਮੇਰੀਆਂ ਨਜ਼ਰਾਂ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਕੀਮਤ ਨਹੀਂ ਪਾ ਸਕੀਆਂ, ਭਾਵ ਮੇਰੇ ਅੰਦਰ ਉਹ ਕੋਈ ਇਹੋ ਜਿਹੀ ਭਾਵਨਾ ਨਹੀਂ ਪੈਦਾ ਕਰ ਸਕੀਆਂ, ਤੂੰ ਕਿਤਨਾ ਰੋਈਏ। ਮਾਂ ਨੇ ਅੱਥਰੂ ਪੂੰਝੇ ਇੱਕ ਗੱਲ ਆਖੀ, ਕਹਿਣ ਲੱਗੀ, ਪੁੱਤਰਾ ਬੜੇ ਭੁਲੇਖੇ ਵਿੱਚ ਹੈ, ਮੈਂ ਤੈਨੂੰ ਨਹੀਂ ਰੋਈ। ਮਾਂ ਪੁੱਛਣ ਲੱਗੀ, ਮਾਂ ਆਖਦੀ ਮੈਂ ਤੈਨੂੰ ਨਹੀਂ ਰੋਈ? ਤਾਂ ਉਸ ਵੇਲੇ ਪ੍ਰੋਫੈਸਰ ਪੂਰਨ ਸਿੰਘ ਨੇ ਬਚਨ ਆਖੇ, ਕਹਿਣ ਲੱਗੇ, ਮਾਂ ਜੇ ਤੂੰ ਮੈਨੂੰ ਨਹੀਂ ਰੋਈ ਤੇ ਫਿਰ ਤੂੰ ਕਿਹਨੂੰ ਰੋਈ ਏ? ਕਹਿਣ ਲੱਗੀ, ਪੁੱਤ ਵੇ ਚੇਤਾ ਰੱਖ, ਮੈਂ ਤਾਂ ਆਪਣੇ ਸਤਿਗੁਰੂ ਅੱਗੇ ਰੋਈ ਏ। ਉਹ ਸਤਿਗੁਰੂ, ਮੇਰੇ ਪਾਲਣ ਵਿਚ ਲੱਖਾਂ ਕਮਜ਼ੋਰੀਆਂ ਹੋ ਸਕਦੀਆਂ ਨੇ, ਮੇਰੀ ਗੋਦ ਇੱਕ ਚੰਗੀ ਮਾਂ ਦੀ ਗੋਦ ਨਹੀਂ ਹੋ ਸਕਦੀ, ਮੇਰੇ ਹੱਥੋਂ ਇਹਨੂੰ ਦਿੱਤੀ ਹੋਈ ਖੁਰਾਕ ਹੋ ਸਕਦਾ ਨੇਕ ਖੁਰਾਕ ਨਾ ਹੋਵੇ, ਮੇਰੇ ਵਿਚ ਹਜ਼ਾਰਾਂ ਐਬ ਹੋ ਸਕਦੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦੀ ਹਾਂ, ਮੇਰਾ ਦਿਆ ਦਾਤਿਆ, ਤੇਰੀ ਜਪਜੀ ਸਾਹਿਬ ਵਿਚ ਕਾਹਦੀ ਕਮੀ ਸੀ, ਤੇਰੇ ਸੋਹਲਾ ਸਾਹਿਬ ਦੀਆਂ ਲੋਰੀਆਂ ਵਿਚ ਕਾਹਦੀ ਕਮੀ ਸੀ? ਮੈਂ ਤੇ ਆਪਣੇ ਪੁੱਤਰ ਨੂੰ ਸਿੱਖੀ ਦੀ ਗੋਦ ਵਿਚ ਰੱਖ ਕੇ, ਗੁਰਮਤ ਦੇ ਪੰਗੂੜੇ ਵਿਚ ਰੱਖ ਕੇ ਪਿਆਰ ਭਿੱਜੀਆਂ ਬਾਣੀ ਦੀਆਂ ਲੋਰੀਆਂ ਦਿੱਤੀਆਂ ਸਨ। ਮੇਰਾ ਪੁੱਤਰ ਦਾ ਨਾਂ ਸੀ ਪੂਰਨ ਸਿੰਘ, ਇਹ ਅਧੂਰੀਆਂ ਨਾਲ ਜੁੜ ਕੇ ਅਧੂਰਾ ਕਿਉਂ ਹੋ ਕੇ ਆ ਗਿਆ? ਮੈਂ ਤੇ ਪੂਰਾ ਵੇਖਣਾ ਚਾਹੁੰਦੀ ਸਾਂ, ਮਾਂ ਨੂੰ ਮਰਨ ਤੋਂ ਮੌਤ ਤੋਂ ਪਹਿਲਾਂ ਤੂੰ ਮਾਰ ਦਿੱਤਾ। ਆਖਿਰਕਾਰ ਮਾਂ ਦੀਆਂ ਗੱਲਾਂ ਸੁਣ ਤੇ ਲਈਆਂ, ਮਾਂ ਦੇ ਹਿਰਦੇ ਚੋਂ ਨਿਕਲੀ ਕੁਰਲਾਹਟ ਰੱਬ ਦੇ ਘਰ ਪ੍ਰਵਾਨ ਹੋ ਗਈ। ਵਕਤ ਆਇਆ 1912 ਦੇ ਵਿਚ ਸਿਆਲਕੋਟ ਦੇ ਵਿਚ ਇਕ ਐਜੂਕੇਸ਼ਨ ਕਾਨਫਰੰਸ ਹੋਈ, ਉਹਦੇ ਵਿਚ ਭਾਈ ਵੀਰ ਸਿੰਘ ਹੋਰਾਂ ਨਾਲ ਮਿਲਾਪ ਹੋਇਆ। ਸਵਾਮੀ ਰਾਮ ਤੀਰਥ ਦੇ ਉਸ ਸੰਪਰਕ ਆਏ ਹੋਏ ਪ੍ਰਭਾਵ ਨੂੰ ਭਾਈ ਵੀਰ ਸਿੰਘ ਨੇ ਜਦੋਂ ਗੁਰੂ ਦੇ ਬੋਲ ਸੁਣਾਏ, ਗੁਰੂ ਕੀ ਬਾਣੀ ਨੇ ਉਸ ਸਵਾਮੀ ਰਾਮ ਤੀਰਥ ਦਾ ਪ੍ਰਭਾਵ ਧੋਖੇ ਰੱਖ ਦਿੱਤਾ, ਗੁਰੂ ਕੀ ਬਾਣੀ ਅੰਦਰ ਪੁੰਗਰ ਪਈ। ਦੋਵੇਂ ਜਣੇ ਇੱਕ ਕਮਰੇ ਵਿਚ ਰਹਿੰਦਿਆਂ ਗੁਰੂ ਦੀਆਂ ਗੱਲਾਂ ਕਰਦਿਆਂ ਪ੍ਰੋਫੈਸਰ ਪੂਰਨ ਸਿੰਘ ਨੇ ਅੱਜ ਆਪਣੀਆਂ ਅੱਖਾਂ ਵਿਚ ਪਾਣੀ ਭਰ ਕੇ ਇੱਕ ਗੱਲ ਆਖੀ, ਕਹਿਣ ਲੱਗੇ, ਭਾਈ ਵੀਰ ਸਿੰਘ ਆ, ਸੱਚ ਕਰਕੇ ਜਾਣੀ ਤੇਰਾ ਗੁਰੂ ਪੂਰਾ ਹੈ, ਮੇਰੀ ਮਾਂ ਦਾ ਗੁਰੂ ਪੂਰਾ ਹੈ, ਮੇਰੇ ਮਾਂ ਦੇ ਗੁਰੂ ਦੀ ਜਪਜੀ ਸਾਹਿਬ ਪੂਰੀ ਹੈ। ਮੈਂ ਅੱਜ ਵਾਅਦਾ ਕਰਨਾ, ਮੈਂ ਭੁੱਲ ਗਿਆ ਸਾਂ ਪੂਰਨ ਸਿੰਘ ਬਣ ਕੇ ਵੀ ਮੈਂ ਅਧੂਰਾ ਹੋ ਕੇ ਤੁਰ ਪਿਆ ਸਾਂ। ਅੰਮ੍ਰਿਤ ਛਕਿਆ, ਮਾਂ ਨੂੰ ਮਿਲਣ ਫਿਰ ਆਇਆ। ਜਦੋਂ ਮਾਂ ਨੂੰ ਮਿਲਿਆ, ਮਾਂ ਦੀਆਂ ਅੱਖਾਂ ਵਿਚ ਹੁਣ ਫਿਰ ਖੁਸ਼ੀ ਦੇ ਅੱਥਰੂ ਆ ਗਏ। ਅੱਜ ਆਪਣੀ ਮਾਂ ਦੇ ਅੱਥਰੂ ਪੂੰਝ ਕੇ ਆਪ ਧਾਹਾਂ ਮਾਰ ਕੇ ਰੋ ਉਠਿਆ। ਕਹਿਣ ਲੱਗੇ, ਮਾਂ ਅੱਜ ਤੂੰ ਨਾ ਰੋ, ਅੱਜ ਮੈਂ ਰੋਨਾ, ਸੱਚ ਕਰਕੇ ਜਾਣੀ ਮੈਂ ਅਧੂਰਿਆ ਮਗਰ ਤੁਰ ਕੇ ਅਧੂਰਾ ਹੋ ਗਿਆ ਸਾਂ, ਪਰ ਮਾਂ ਮੈਂ ਤੈਨੂੰ ਬੇਨਤੀ ਕਰਨਾ, ਸੱਚ ਕਰਕੇ ਜਾਣੀ ਤੇਰੀ ਜਪਜੀ ਸਾਹਿਬ ਜਿੱਤ ਗਈ ਮਾਂ, ਤੇਰਾ ਸੋਹਲਾ ਸਾਹਿਬ ਜਿੱਤ ਗਿਆ ਮਾਂ, ਤੇਰਾ ਗੁਰੂ ਨਾਨਕ ਸਾਹਿਬ ਜਿੱਤ ਗਿਆ ਮਾਂ, ਮੈਨੂੰ ਉਹਨਾਂ ਪਖੰਡੀਆਂ ਕੋਲੋਂ ਕੱਢ ਕੇ ਮੈਨੂੰ ਭਟਕੇ ਹੋਏ ਨੂੰ ਆਪਣੇ ਚਰਨਾਂ ਵਿਚ ਲੈ ਆਇਆ। ਯਕੀਨ ਕਰਕੇ ਜਾਣੀ, ਅਰਦਾਸ ਕਰ ਹੁਣ ਤੇਰਾ ਪੁੱਤ ਕਦੇ ਗੁਰੂ ਨਾਨਕ ਦੀ ਗੋਦ ਨੂੰ ਛੱਡ ਕੇ ਨਾ ਜਾਵੇ। ਕਹਿਣ ਤੋਂ ਮੁਰਾਦ ਐ, ਮਾਂ ਤੂੰ ਆਪਣੇ ਸ਼ਿੰਗਾਰ ਵਿੱਚੋਂ ਥੋੜਾ ਜਿਹਾ ਵਕਤ ਕੱਢ ਲਿਆ ਕਰ। ਅਜੋਕੀ ਮਾਂ ਨੂੰ ਆਪਣੇ ਆਪ ਦੇ ਸ਼ਿੰਗਾਰ ਤੋਂ ਹੀ ਵਿਹਲ ਨਹੀਂ ਮਿਲਦਾ। ਇਹ ਭਲੀਏ,
ਤੇਰਾ ਕੀਤਾ ਸ਼ਿੰਗਾਰ ਤਾਂ ਸਵੇਰ ਦਾ ਸ਼ਾਮ ਨੂੰ ਉਤਰ ਜਾਣਾ, ਇੱਕ ਵਾਰੀ ਮੁੱਖ ਧੋਤਿਆਂ ਉਤਰ ਜਾਣਾ। ਇਹ ਤੇ ਦੋ ਦਿਨਾਂ ਦੀ ਕਹਾਣੀ ਏ ਭਲੀਏ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਪ੍ਰੀਤ ਨੂੰ ਸੰਭਾਲ ਲੈ। ਜੇ ਤੂੰ ਆਪਣੀ ਧੀ ਨੂੰ ਗੁਣਾਂ ਦਾ ਸ਼ਿੰਗਾਰ ਦੇ ਦਿੱਤਾ, ਜੇ ਤੂੰ ਆਪਣੇ ਪੁੱਤਰ ਨੂੰ ਗੁਣਾਂ ਦਾ ਸ਼ਿੰਗਾਰ ਦੇ ਦਿੱਤਾ, ਸੱਚ ਕਰਕੇ ਜਾਣੀ ਤੇਰੇ ਮੁਖੜੇ ਦਾ ਸ਼ਿੰਗਾਰ ਘੜੀ ਪਲ ਦੀ ਕਹਾਣੀ ਏ, ਪਰ ਤੇਰੀ ਔਲਾਦ ਦਾ ਸ਼ਿੰਗਾਰ ਕੌਮ ਦਾ ਮਾਣ ਬਣ ਜਾਣਾ, ਗੁਰੂ ਦੇ ਸਿੱਖਾਂ ਦਾ ਮਾਣ ਬਣ ਜਾਣਾ। ਆਪਣੇ ਬੱਚਿਆਂ ਨੂੰ ਉਹ ਗੁਣਾਂ ਦਾ ਸ਼ਿੰਗਾਰ ਕਰ ਦੇ। ਐ ਮੇਰੀਏ ਭੈਣੇ, ਐ ਮੇਰੀਏ ਬੱਚੀਏ, ਤੂੰ ਆਪਣੇ ਸ਼ਿੰਗਾਰ ਵਿੱਚੋਂ ਵਕਤ ਕੱਢ ਕੇ ਆਪਣੀ ਔਲਾਦ ਨੂੰ ਗੁਣਾਂ ਦੇ ਨਾਲ ਸ਼ਿੰਗਾਰ ਦੇ। ਸਿੱਖਿਆ ਲੈ, ਉਹ ਜਿਹੜੀ ਰਾਣੀ ਦੀ ਅੱਖ ਵਿੱਚ ਅਥਰੂ ਨਹੀਂ ਸੀ ਆਇਆ, ਸਭ ਕੁਝ ਬਰਬਾਦ ਕਰਕੇ ਵੀ ਅਗਰ ਜਿੰਦਾ ਧਾਹਾਂ ਮਾਰਦੀ ਮਿਲੇਗੀ ਤਾਂ ਉਸ ਵੇਲੇ ਧਾਹਾਂ ਮਾਰਦੀ ਮਿਲਦੀ ਹੈ ਜਦੋਂ ਉਹਦੇ ਪੁੱਤਰ ਨੇ ਸਿੱਖੀ ਗਵਾ ਲਈ ਸੀ। ਕੋਸ਼ਿਸ਼ ਕਰੀਏ, ਇੱਕ ਚੰਗੀ ਮਾਂ ਬਣ ਜਾਈਏ। ਇੱਕ ਵਕਤ ਆਇਆ ਆਖਿਰਕਾਰ ਜਦੋਂ ਮਹਾਰਾਣੀ ਜਿੰਦਾ ਦੋ ਕੁ ਸਾਲ ਆਪਣੇ ਜੀਵਨ ਦੇ ਹੋਰ ਉਹਨੇ ਪੰਧ ਗੁਜ਼ਾਰੇ, ਸਮਾਂ ਗੁਜ਼ਾਰੇ ਹੈ। ਆਖਿਰਕਾਰ 1863 ਦੇ ਵਿੱਚ ਉਹ ਮਹਾਰਾਣੀ ਜਿੰਦਾ ਚੜਾਈ ਕਰ ਗਈ। ਜਦੋਂ ਚੜਾਈ ਕੀਤੀ ਉਹਨੇ ਮਰਨ ਲੱਗਿਆਂ ਇੱਕ ਬੜੀ ਤਾਕੀਦ ਕੀਤੀ ਸੀ। ਕਹਿਣ ਲੱਗੀ, ਪੁੱਤ ਵੇ, ਇਸ ਧਰਤੀ ਤੇ ਪਲੇ ਹੋਏ ਲੋਕਾਂ ਨੇ ਸਾਡਾ ਰਾਜ ਭਾਗ ਲੈ ਲਿਆ, ਮੈਨੂੰ ਰਾਜ ਭਾਗ ਦਾ ਦੁੱਖ ਨਹੀਂ, ਪਰ ਇਹ ਇਤਨੇ ਨਿਰਦਈ ਨੇ, ਇਹਨਾਂ ਨੇ ਮਾਂ ਪੁੱਤ ਨੂੰ ਤੜਫਿਆ, ਇਹਨਾਂ ਮਾਂ ਪੁੱਤ ਨੂੰ ਤੜਫਾਇਆ, ਸਾਰੀ ਜ਼ਿੰਦਗੀ ਜਿਉਂਦਿਆਂ ਵਿਛੋੜੇ ਦਾ ਕਾਰਨ ਬਣੇ ਰਹੇ ਨੇ। ਇਹੋ ਜਿਹੀ ਨਿਰਦਈ ਧਰਤੀ ਤੇ ਪਲ ਕੇ ਇਹ ਜਿਹੜੇ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਆਪਣੀ ਜਿੱਤ ਦੇ ਝੰਡੇ ਕੱਢੇ ਨੇ, ਇੱਕ ਕਿਰਪਾ ਕਰੀ, ਮੈਨੂੰ ਇਹਨਾਂ ਦੀ ਧਰਤੀ ਦੇ ਉੱਤੇ ਸੰਸਕਾਰ ਨਾ ਕਰੀ, ਮੈਨੂੰ ਮੇਰੇ ਹੀ ਉਸ ਦੇਸ਼ ਦੀ ਧਰਤੀ ਉੱਤੇ ਸੰਸਕਾਰ ਕਰੀ। ਮਾਂ ਦਾ ਆਖਾ ਮੰਨਿਆ, ਹਿੰਦੁਸਤਾਨ ਲੈ ਕੇ ਆਪਣੀ ਮਾਂ ਦੀ ਰਾਖ ਕਿਹਾ, ਪਰ ਚੇਤਾ ਰੱਖਿਓ ਜੇ ਫਿਰ ਵੀ ਗੋਰੀਆਂ ਨੇ ਇਹਨੂੰ ਅੱਗੇ ਨਹੀਂ ਜਾਣ ਦਿੱਤਾ, ਬੰਬੇ ਤੋਂ ਵਾਪਸ ਪਰਤਾ ਦਿੱਤਾ। ਗੋਦਾਵਰੀ ਦੇ ਵਿੱਚ ਹੀ ਇਹਨੇ ਨਾਸਕ ਦੇ ਨੇੜੇ, ਵਿਦਵਾਨਾਂ ਦਾ ਜ਼ਿਕਰ ਹੈ, ਨਾਸਕ ਦੇ ਵਿੱਚ ਰਾਣੀ ਦੀ ਚਿਖਾ ਤਿਆਰ ਕੀਤੀ ਗਈ ਤੇ ਆਖਿਰਕਾਰ ਉੱਥੇ ਉਹ ਜਿਹੜੀ ਚਿਖਾ ਦੀ ਭਸਮ ਸੀ ਉੱਥੇ ਦਬਾਈ ਗਈ। ਮਗਰੋਂ ਮੰਨਿਆ ਜਾਂਦਾ ਵੀ ਉਥੋਂ ਜਿਹੜੀ ਇਹ ਮਹਾਰਾਜਾ ਦਲੀਪ ਸਿੰਘ ਦੀ ਇੱਕ ਸ਼ਹਿਜ਼ਾਦੀ ਨਾਲ ਸ਼ਾਦੀ ਹੋਈ ਸੀ ਬੰਬਾ ਮੂਲਰ ਨਾਲ, ਤੇ ਉਹਨੇ ਉਹ ਵਕਤ ਪਾ ਕੇ ਉਥੋਂ ਉਹ ਨਾਸਕ ਤੋਂ ਲੈ ਕੇ ਉਹ ਰਾਖ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਾਹੌਰ ਵਿੱਚ ਲਿਆ ਕੇ ਦਬਾਈ ਗਈ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਬਣੀ ਹੋਈ ਸੀ। ਇਸ ਮਹਾਰਾਣੀ ਜਿੰਦਾ ਨੇ ਜੀਵਨ ਯਾਤਰਾ ਵਿੱਚੋਂ ਆਪਾਂ ਇੱਕ ਗੱਲ ਬਹੁਤ ਪਿਆਰ ਨਾਲ ਸਮਝਣੀ ਚਾਹੀਦੀ ਏ, ਤਾਂ ਹੀ ਦਾਸ ਨੇ ਇੰਨੀ ਕੋਸ਼ਿਸ਼ ਕੀਤੀ ਏ, ਮੈਂ ਆਪਣੀ ਬੱਚੀ ਨੂੰ ਸਮਝਾਉਣ ਲਈ, ਮੈਂ ਆਪਣੀ ਧੀ ਨੂੰ ਸਮਝਾਉਣ ਲਈ, ਮੈਂ ਆਪਣੀ ਭੈਣ ਨੂੰ ਸਮਝਾਉਣ ਲਈ, ਮਹਾਰਾਣੀ ਜਿੰਦਾ ਤੇਰੇ ਜੀਵਨ ਦੀ ਦੁੱਖਾਂ ਭਰੀ ਦਾਸਤਾਂ ਦੱਸਣੀ ਚਾਹੁੰਦਾ ਹੈ, ਤਾਂ ਕਿ ਹੋ ਸਕਦਾ ਅੱਜ ਦੀ ਮਾਂ ਸਿਆਣੀ ਹੋ ਜਾਏ, ਅੱਜ ਉਹਨੂੰ ਆਪਣਾ ਪੁੱਤਰ ਉਸ ਤਰ੍ਹਾਂ ਦਾ ਚੰਗਾ ਨਾ ਲੱਗੇ ਜਿਸ ਤਰ੍ਹਾਂ ਦਾ ਮਾਤਾ ਜਿੰਦਾ ਨੂੰ ਆਪਣਾ ਪੁੱਤ ਚੰਗਾ ਨਹੀਂ ਸੀ ਲੱਗਿਆ ਜਦੋਂ ਸਿੱਖੀ ਛੱਡ ਕੇ ਆਇਆ ਸੀ। ਉਸ ਤਰ੍ਹਾਂ ਦਾ ਹੀ ਪੁੱਤ ਦੇਖਣਾ ਚਾਹੀਏ ਆਪਾਂ ਵੀ ਜਿਸ ਤਰ੍ਹਾਂ ਦਾ ਪੁੱਤ ਮਹਾਰਾਣੀ ਜਿੰਦਾ ਨੇ ਆਪਣੇ ਹਿਰਦੇ ਵਿੱਚ ਪਾਲਿਆ ਸੀ। ਅੱਜ ਮਾਵਾਂ ਤਾਂ ਹਾਂ, ਮਾਵਾਂ ਤਾਂ ਨੇ, ਪਰ ਉਹ ਮਾਂ ਵਰਗਾ ਹੱਥ ਉਸ ਮਹਾਰਾਣੀ ਜਿੰਦਾ ਵਰਗਾ ਹੱਥ ਕਿੱਥੋਂ ਲੈ ਕੇ ਆਈਏ, ਜਿਹੜਾ ਹੱਥ ਟੋਹ ਕੇ ਸਿੱਖੀ ਨੂੰ ਦੱਸ ਦੇਵੇ, ਉਹ ਪੁੱਤਰਾ ਤੇਰੀ ਮਾਂ ਬਰਬਾਦ ਹੋ ਜਾਏਗੀ ਜਿਸ ਦਿਨ ਤੂੰ ਸਿੱਖੀ ਬਰਬਾਦ ਕਰ ਲਵੇਂਗਾ। ਗੁਰੂ ਕਿਰਪਾ ਕਰੇ, ਮਾਲਕ ਬਖਸ਼ਿਸ਼ ਕਰੇ, ਸਾਨੂੰ ਸਿੱਖੀ ਨਾਲ ਪਿਆਰ ਜਾਗੇ। ਬੱਚਿਆਂ ਦੇ ਲਈ ਵੀ ਅਰਦਾਸ ਹੈ, ਮਾਲਕ ਆਪਣੀ ਪਵਿੱਤਰ ਗੋਦ ਤੋਂ ਕਦੇ ਨਾ ਵਿਛੋੜੇ, ਔਰ ਮਾਂ ਵਰਗੀ ਪਵਿੱਤਰ ਦਾਤ ਜਿਹਨਾਂ ਕੋਲ ਹੈ, ਮਾਤਾ ਪਿਤਾ ਦੀ ਸੇਵਾ ਕਰਿਆ ਕਰੀਏ। ਇਹ ਦਾਤ ਬੜੀ ਅਮੋਲਕ ਹੈ, ਵਿਛੜ ਜਾਣ ਤੋਂ ਬਾਅਦ ਝੋਲੀ ਵਿੱਚ ਕੇਵਲ ਪਛਤਾਵਾ ਰਹਿ ਜਾਂਦਾ, ਭੁੱਲਾ ਚੁੱਕਾ ਮਾਫ਼ ਕਰ ਦੇਣੀਆਂ। ਆਉਣ ਵਾਲੀ ਲੜੀ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਤੇ ਬਾਕੀ ਇਤਿਹਾਸ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ।